ਜਪ ਨਾਮ ਚਾਚੀ, ਲੈ ਚਾਚੀ ਇਸ਼ਨਾਨ ਤਾਂ ਕਰਾਤਾ, ਹੁਣ ਐਂ ਕਰ ਲੈ ਮੇਰੀ ਝੋਲੀ 'ਚ ਪਾ ਦੇ, ਹੁਣ ਥੋੜ੍ਹੀ ਸੇਵਾ ਮੈਂ ਵੀ ਲੈ ਲਾਂ ਚਾਚੀ, ਲਿਆ ਮੇਰੀ ਝੋਲੀ 'ਚ ਧਰ ਦੇ, ਹਾਂ ਲੈ ਕੇ ਬਾਬਾ ਜੀ ਆ ਜਾ, ਚਾਚੀ ਤੂੰ ਵੀ ਨਾਲ ਆ ਜਾ, ਆ ਜਾ ਸਾਰੇ ਚੜਦਾ ਲੈ ਫਿਰ ਕਿਆ ਪੈਸੇ ਦੇਵਾਂ, ਇਹ ਆਪਣੇ 150 ਰੁਪਇਆ ਬਣਦਾ, 90 ਦਾਣੇ ਦੇ ਦੀਏ ਤੇ 60 ਰੁਪਏ ਆਪਣੇ ਬਣਦੇ ਨੇ ਲੇਟੀ ਦੇ, ਅੱਛਾ ਹਾਂ 150 ਬਣਦਾ ਇੱਕ ਖੁੱਲੇ ਦੇ ਦਾ, ਖੁੱਲੇ ਦੇ ਦਾ ਇਹ ਤਾਂ ਬਹੁਤ ਵਧੀਆ ਗੱਲ ਆ, ਲੈ ਵਾਹ ਵੀ ਵਾਹ ਪੱਕੇ ਰਹਿਣ ਲੱਗ ਗਿਆ ਫਿਰ ਰਿਹਾ, ਹਾਂ ਫਿਰ ਹੁਣ ਤੁਹਾਨੂੰ ਪਤਾ ਮੇਰੇ ਸਾਲਾ ਮੇਰਾ ਗੁਜ਼ਰ ਗਿਆ ਸੀਗਾ, ਹਾਂ ਉੱਥੇ ਫਿਰ ਮੈਂ ਉਰੇ ਆ ਗਿਆ ਸੀਗਾ, ਫਿਰ ਉਸ ਤੋਂ ਬਾਅਦ ਭਾਈ ਗੈਰ ਨਸ਼ੇ ਜੇ ਕਰਦਾ ਸੀ, ਬਾਲੇ ਮਾੜੇ ਨਸ਼ੇ ਜੇ ਕਰਦਾ ਸੀ, ਹੋ ਪਤਾ ਚਲੋ ਜੋ ਪਰਮਾਤਮਾ ਨੂੰ ਚੰਗਾ ਲੱਗੇ ਫਿਰ, ਆਹ ਇਹ ਵੀ ਗੱਲ ਸਹੀ ਹੈ ਨਖੇਤਰਾ ਤੇਰੀ, ਹੈ ਹਾਂ ਜੀ ਹਾਂ, ਚੱਲ ਤੇ ਹੁਣ ਅਸੀਂ ਦੋ ਭਾਈ ਸੀਗੇ, ਹਾਂ 6 ਕਿੱਲੇ ਆਪਣੇ ਕੋਲ ਜ਼ਮੀਨ ਸੀਗੀ ਉੱਥੇ, ਹਾਂ ਤੇ ਮੈਂ 3 ਕਿੱਲੇ ਮੈਨੂੰ ਉੱਥੋਂ ਆਉਂਦੇ ਸੀ, ਮੈਂ ਠੇਕੇ ਦੇ ਤੇ ਮੇਰੇ ਭਾਈ ਨੂੰ ਦੇਤੇ ਸੀ, ਅੱਛਾ ਹਾਂ ਤੇ ਫਿਰ ਮੈਂ ਉਰੇ ਚੱਕੀ ਸਾਂਭ ਲਈ, ਹਾਂ ਮੈਂ ਹੁਣੇ ਸੋਚਦਾ ਸੀ ਤੂੰ ਤੁਸੀਂ ਪਰਦੇ ਤੁਰਦਾ ਪਿੰਡ 'ਚ, ਜੇ ਆਪਾਂ ਨੂੰ ਉਰੇ ਕੋਈ 3 ਕਿੱਲੇ ਜ਼ਮੀਨ ਠੇਕੇ 'ਤੇ ਮਿਲ ਜਾਏ, ਦਾਣੇ ਬਿਨਾ ਕਿਹਨੂੰ ਸਰਦਾ, ਆਟੇ ਬਿਨਾ ਸਰਦਾ ਭਲਾ ਕਿਸੇ ਨੂੰ, ਮੈਂ ਤਾਂ ਸਮਝਦੀ ਐ ਕਹਿੰਦੀ ਵੀ ਮੁੰਡੇ ਨੂੰ ਦੇਖਦਾ ਮੇਰੇ ਨੂੰ ਮੈਂ ਸਲਾਹ ਕਰਦੇ, ਮੈਂ ਪਿੰਡ 'ਚ ਖਿਲਾ ਦੇਣਾ ਛੋਟੀ ਮੋਟੀ ਚੱਕੀ, ਸੁਪਨੇ ਚ ਵੀ ਨਾ ਚੱਕੀ ਦੇ ਬਾਰੇ ਸੋਚੋ, ਹੁਣ ਬਿਲ ਦੇਖ ਲਓ ਵੀ ਕੰਨਾ ਬਿਲਾਉਂਦਾ, ਹੁਣ ਇਹ ਤਾਂ ਕਈ ਵਾਰ ਤਾਂ ਮੇਰੇ ਪੱਲੋਂ ਪੈ ਜਾਂਦੇ ਨੇ, ਗਾਹਾਂ ਗੱਲ ਕਰੋ ਆਹ ਕਰਨ ਯੋਗ ਗੱਲ ਹੈ ਆਪਣੀ, ਗੱਲ ਸੁਣਨ ਯੋਗ ਵੀ ਆ ਤੁਹਾਡੇ, ਚੱਕੀ 'ਚ ਕੋਈ ਫਾਇਦਾ ਨਹੀਂ, ਤੁਸੀਂ ਮੁੰਡੇ ਨੂੰ ਕੰਮ ਲਾਉਣਾ, ਤੁਸੀਂ ਕੋਈ ਉਹਨੂੰ ਆਪਣਾ ਸਰੀਏ ਦੀ ਦੁਕਾਨ ਕਰਾਓ, ਰੇਤੇਬਾਜੀ ਦੀ ਦੁਕਾਨ ਕਰਾਓ, ਸਭ ਤੋਂ ਵਧੀਆ, ਉਹ ਇੰਨਾ ਪੈਸਾ ਕਿੱਥੇ ਆ ਨਖੇਤਰਾ ਮੇਰੇ ਕੋਲੇ, ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਉਵੇਂ ਆਈ ਚਲਾਈ ਮਸਾਂ ਚਲਾਉਣਾ, ਕਾਰਗਲ ਤੋਂ ਪੱਥਰ ਮੰਗਾਇਆ ਇਹਦਾ ਚੱਕੀ ਦਾ, ਇਹ ਹਫ਼ਤਾ ਮਸਾਂ ਚੱਲੂ, ਕੀ ਕਰਾਂਗੇ ਪਤਾ, ਕੋਈ ਫਾਇਦਾ ਨਹੀਂ ਚੱਕੀ ਤੋਂ, ਗਰਦ ਪਿੰਡ ਦਾ ਪਰਾਉਣਾ ਤੂੰ, ਕੱਪੜੇ ਚਿੱਟੇ ਚੁੱਟੇ ਪਾ ਕੇ ਰੱਖਿਆ ਕਰ, ਇੱਥੇ ਬੰਦਾ ਬੰਦਾ ਰੱਖ ਲਿਆ, ਕੋਈ ਸਰਦਾਰ ਬੰਦਾ, 3 ਕਿੱਲੇ ਤੈਨੂੰ ਇੱਥੋਂ ਆਉਂਦੇ ਨੇ, 3 ਤੈਨੂੰ ਉੱਥੇ, 6 ਕਿੱਲੇ ਦਾ ਮਾਲਕ ਕਹਿੰਦਾ ਹੋਣਾ, ਮਾਲਕ ਤਾਂ ਚਲੋ ਰੱਬ ਦੇ, ਰੱਬ ਦੇ, ਰੱਬ ਦੇ ਉੱਪਰ ਕੋਈ ਮਾਲਕ ਨਹੀਂ, ਰੱਬ ਸਭ ਦਾ ਮਾਲਕ ਹੈ, ਅਤੇ ਦੂਸਰੀ ਗੱਲ ਇਹ ਹੈ ਮੈਂ ਸੁਣਦਾ, ਇਹ ਮੇਰੇ ਮੇਰੇ ਸਹੁਰਾ ਸਾਹਿਬ ਜੀ ਨੇ ਲਾਈ ਸੀ ਸੱਕੀ, ਸਾਨੂੰ 1916 ਦੇ ਵਿੱਚ ਲਾਈ ਸੀ, ਕਿਹਦਾ ਖਰ ਖਾਸੀ ਪੁਰਾਣੀ ਹੈ, ਅਤੇ ਉਦੋਂ ਲਾਈ ਸੀਗੀ, ਅਤੇ ਫਿਰ ਉਦੋਂ ਚਲੋ ਪਤਾ ਮੇਰੇ ਸਾਲੇ ਨੂੰ ਲਾ ਕੇ ਦਿੱਤੀ ਸੀ, ਚਲੋ ਗੁਜ਼ਰ ਗਿਆ ਅਤੇ ਹੁਣ ਮੈਂ ਉਹਦੇ ਦਾ ਮਾਲਕ ਹੋ ਗਿਆ, ਹੁਣ ਮੈਂ ਸਮਝਦਾ ਚਲੋ ਸਹੁਰਾ ਸਾਹਿਬ ਹੱਥ ਨੇ 2 ਘੁੱਟ ਲਾ ਕੇ ਆਪਦਾ ਪੈ ਜਾਂਦੇ ਆ, ਹੁਣ ਇਹਦਾ ਕੰਮ ਮੇਰੇ ਹੱਕ 'ਚ ਆ ਸਾਰਾ, ਮੈਂ ਜੋ ਵੀ ਕਰਨਾ, ਮੈਂ ਇਹ ਸੋਚ ਰਿਹਾ ਮੈਨੂੰ ਜ਼ਮੀਨ ਮਿਲੇ ਨਾ ਥੋੜ੍ਹੀ ਬਹੁਤੀ ਤਾਂ ਵਧੀਆ, ਚਲੋ ਨਾਲ ਚੱਲੀ ਜਾਊਗਾ ਆਪਣਾ, ਖੇਤੂ ਕੁਛ ਕਰ ਲਾਂਗੇ ਨਾਲ, ਕੀ ਕੱਢੇਗਾ ਇੱਧਰੋਂ ਕੱਢ ਕੇ ਉੱਧਰ ਪਾ ਦਿਆ ਕਰਾਂਗੇ, ਹਾਂ ਇੱਧਰ 4 ਰੁਪਏ ਤੈਨੂੰ ਵਧੀਆ ਬਚਦੇ ਨੇ, ਨਹੀਂ ਤੁਸੀਂ ਦੇਖੋ ਇੱਕ ਵਾਰ, ਹੈਂ ਤੁਸੀਂ ਦੇਖੋ ਜ਼ਮੀਨ ਥੋੜ੍ਹੀ, ਇੱਧਰ ਹੀ ਲੈ ਲੈਗਾ ਫਿਰ ਜਿਹੜਾ ਜਿੱਥੇ ਤੇਰੀ ਪਹਿਲਾਂ ਬਹਾਣਾ, ਕਿੱਥੇ ਕਿੱਥੇ ਬਹਾਣ ਤੇਰਾ ਪਹਿਲਾਂ, ਉਹਦੇ ਲਵੇ ਲੱਗਦਾ ਲੈ ਲੈ ਕੋਈ, ਉੱਥੇ ਨਹੀਂ ਮੈਂ ਉਹ ਮੈਨੂੰ ਜਾਇਆ ਨਹੀਂ ਨਾ ਜਾਂਦਾ ਉੱਥੇ, ਉਰੇ ਮੈਂ ਹੁਣ ਹੋਰ ਕਹਿਣਾ, ਉਹ ਜਿਹੜੀ ਨਾਲ ਲੱਗਣੀ ਆ ਉਹ ਜ਼ਮੀਨ ਹੈਗੀ ਖਾਸੀ, ਹੈਂ ਉਹ ਬੰਦੇ ਠੇਕੇ ਦਿੰਦੇ ਨਹੀਂ, ਸੜਕ ਦੇ ਭਾਲਦਾ ਤੂੰ, ਸੜਕ ਦੇ ਭਾਲਦਾ ਮੈਂ, ਅੱਛਾ ਤੂੰ ਜਲਦੀ ਗੱਲ ਸਮਝ ਗਿਆ ਨਾ ਫਿਰ, ਅੱਛਾ ਸੜਕ ਦੇ ਭਾਲਦਾ, ਮੈਂ ਉਹ ਵੀ ਸੋਚਦਾ ਮੈਂ ਕੋਈ ਮੈਂ ਮਹਿਸ ਲੈ ਲਾਂ ਨਾਲ ਇੱਕ, ਕਿਉਂਕਿ ਦਾਣਾ ਆਪਣੇ ਘਰ ਦਾ ਹੈਗੀ, ਚੱਲ ਭਾਈ ਤੇਰੀ ਮਰਜ਼ੀ ਆ ਨਖੇਤਰਾਂ ਨੂੰ ਤਾਂ,
ਹੋਰ ਜਵਾਕ ਚੱਲੇ ਫਿਰ ਜਵਾਕ ਚੱਲੇ ਹੈਗੇ ਗੁੜੀਆ ਹੈਗੀ ਮੇਰੀ ਹੈ ਗੁੜੀਆ ਪੜ੍ਹਦੀ ਹੈ ਸੁਣਾ ਪੜ੍ਹਦੀ ਹੈ ਅੱਛਾ ਹਾਂ ਕਿੱਡੀ ਕਹੂਗੀ ਉਹ ਗੁੜੀਆ ਹੈ 12 ਸਾਲ ਦੀ ਹੈਗੀ ਆਪਣੀ ਅੱਛਾ ਹਾਂ 12-13 ਸਾਲ ਦੀ ਚੱਲ ਭਾਈ ਵਧੀਆ ਪੜ੍ਹਾ ਲਿਖਿਆ ਦੀ ਵਧੀਆ ਮੇਰਾ ਡਾਕਟਰ ਬਣਾਉਣਾ ਮੈਨੂੰ ਕਹਿੰਦਾ ਮੈਂ ਤੋਂ ਲਾਂਭਣ ਆਵੇ ਮੈਂ ਡਾਕਟਰ ਬਣਾਉਣਾ ਮੈਨੂੰ ਦੇਖਿਆ ਮੇਰਾ ਹਾਂ ਜੇ ਕੋਈ ਵਾਰੀ ਕੋਈ ਗੱਲ ਹੁੰਦੀ ਹੈ ਤਾਂ ਦੇਖੋ ਦੱਸੋ ਮੈਨੂੰ ਲਾਂਭਣ ਆ ਜੇ ਮੁੰਡਾ ਸੋਚ ਹੈ ਤੇਰੀ ਦੇਖ ਲੈ ਹੈ ਜਵਾਕਰ ਨੂੰ ਪਹਿਲੇ ਧੱਖਿਆ ਚੰਡ ਕੇ ਰੱਖਣਾ ਖੁਰਪੇ ਵਾਂਗੂ ਜਮਾ ਡਾਕਟਰ ਬਣਾਉਣਾ ਆ ਦੇਖ ਲੈ ਮੇਰੇ ਵਾਲਾ ਮੇਰੇ ਸਾਲ ਦਾ ਕਹਿੰਦੇ ਦਾ ਲਫੈਂਡੇ ਨਿਕਲ ਗਿਆ ਫੜਾ ਫੜਾ ਹੈ ਨਹੀਂ ਉਹ ਹੈ ਫੜਾ ਫੜਾ ਹੈ ਨਹੀਂ ਉਹ ਭਾਈ ਪਤਾ ਨਹੀਂ ਕੀ ਮਜ਼ਾ ਆਪਾਂ ਪੜ੍ਹਾ ਹੁਣ ਤਾਂ ਚਾਰ ਅੱਖਰ ਪੜ੍ਹਨੇ ਉਹ ਜਵਾਕਾਂ ਨੂੰ ਦੇਖ ਵੀ ਲੈਂਦਾ ਕੀ ਕਿਤਾਬਾਂ 'ਚ ਕੀ ਪੜ੍ਹਦੇ ਨੇ ਕੀ ਨਾ ਪੜ੍ਹਦੇ ਨੇ ਹੁਣ ਕੰਜਰ ਦੇ ਮੈਨੂੰ ਤਾਂ ਕਿਤਾਬ ਜਾ ਕੇ ਬਹਿ ਜਾਂਦੇ ਇੱਕ ਪਾਸੇ ਮੋਬਾਈਲ ਰੱਖ ਲੈਂਦੇ ਕਹਿੰਦੇ ਭਾਪੇ ਪੜ੍ਹਦਾ ਅੱਜ ਕੱਲ੍ਹ ਮੈਨੂੰ ਕੀ ਤਾਂ ਚੀਜ਼ਾਂ ਮਾਰੇ ਮਟੀਰਾਂ 'ਚ ਰਲ ਦੇਣਾ ਫਿਰ ਨਹੀਂ ਪੜ੍ਹਦੇ ਬੱਚੇ ਚੱਲ ਇੱਕ ਗੱਲ ਹੈਗੀ ਆ ਨਸ਼ੇ ਨੁਸ਼ੇ ਤੋਂ ਕੰਜਦਾ ਬਚਿਆ ਹੋਇਆ ਚੱਲ ਬਾਬੂ ਜੀ ਗੱਲ ਹੈ ਇਹ ਬੱਚਾ ਮੇਰਾ ਬਚਿਆ ਹੋਇਆ ਨਸ਼ੇ ਤੋਂ ਚੱਲ ਬਹੁਤ ਚੰਗੀ ਗੱਲ ਹੈ ਕੋਈ ਨਾ ਕਰਦਾ ਗੌਰ ਮੈਂ ਇਹ ਲੈ ਜਾਓ ਕੱਲ੍ਹ ਲੈ ਜਾਓ ਸ਼ਾਮੀ ਤੱਕ ਅੱਛਾ ਕੋਈ ਨਾ ਸ਼ਾਮੀ ਚੱਕਾ ਦਾਂ ਕੋਈ ਗੱਲ ਨਹੀਂ ਕੋਈ ਨਾ ਕਰਦਾ ਗੌਰ ਮੈਂ ਉਹ ਲੈ ਜਾਓ ਨਾ ਆਪਣਾ ਲੇਟੀ ਲੈ ਬਾਹਣ ਦੇਖਦਾ ਫਿਰ ਮੈਂ ਤੇਰੇ ਵਾਸਤੇ ਹਾਂ ਲੈ ਦੇ ਕੇ ਦੱਸੂ ਚੰਗਾ ਉਹਦਾ ਵੀ ਮਰੀ ਦਾ ਚਾਵਲਾ ਚੱਕੀ ਦੋ ਭੈਣ ਦਾ ਕਿੰਨਾ ਰੁਪਈਆ ਬਣਾਉਂਦਾ ਮੈਂ ਬਾਹਾਂ ਠੇਕੇ 'ਤੇ ਲੈਣ ਨੂੰ ਫਿਰਦਾ ਉਹੀ ਗੱਲ ਆ ਵੀ ਕਿਤੇ ਸ਼ਰੀਕ ਦਾ ਪੁੱਤ ਨਾ ਗਾਹ ਲਾ ਦੇ ਚੱਕੀ ਕਹਿੰਦਾ 2.5 ਲੱਖ ਵਾਲਾ ਲਾ ਦੇ ਅੱਛਾ ਆ ਕੀ ਲਿਖੀ ਰਾਈਆਂ ਮਾਰੀਆਂ ਨੇ ਇਹ ਲਿਖੀ ਰਾਈਆਂ ਜੇ ਆ ਜੇ ਤੂੰ ਇੱਥੇ ਇਨਵੈਸਟ ਕਰੇਗਾ ਪੈਸਾ ਲਾਏਗਾ 1 ਲੱਖ ਰੁਪਈਆ ਠੀਕ ਹੈ 6 ਮਹੀਨਿਆਂ ਬਾਅਦ ਆ ਦੇ ਤੇਰਾ ਡਬਲ ਹੋ ਗਿਆ ਅੱਛਾ ਹਾਂ ਪਲੱਸ ਤੂੰ ਨਿਆ ਵੀ ਲੈ ਸਕਦਾ ਕੋਈ ਮਰਜ਼ੀ ਕਿੰਨੇ ਕ ਕੀ ਜੰਗਾੜ ਆ ਇਹ ਸਮਝ ਤਾ ਕੋਈ ਗੱਡੀ ਵੀ ਲੈ ਸਕਦਾ ਦੂਜੀ ਸਮਝ ਨਹੀਂ ਆਇਆ ਮੈਨੂੰ ਕੀ ਜੰਗਾੜ ਆ ਜਦ ਤੱਕ ਸਮਾਰ ਕੇ ਸਮਝਾ ਹਾਂ ਇੱਕ ਤਾਂ 2.5 ਲੱਖ ਲਾ ਕੇ 5 ਲੱਖ ਮਿਲਦਾ ਅੱਛਾ 6 ਮਹੀਨਿਆਂ ਬਾਅਦ ਠੀਕ ਆ ਦੁੱਗਣੇ ਹੋ ਜਾਂਦੇ ਨੇਗੇ ਅੱਛਾ 1 ਲੱਖ ਲਾ ਕੇ ਇਹਦਾ 2 ਲੱਖ ਮਿਲ ਜੇ 2.5 ਮਿਲ ਜੇ ਆਪਾਂ ਗੱਡੀ ਵੀ ਲੈ ਸਕਦੇ ਛੋਟੀ ਮੋਟੀ ਐਂ ਬੋਲਿਆ ਵਗੜਾ ਤੂੰ ਹੋਰੀ ਗੱਲਾਂ ਮਰੀ ਨਾ ਐ ਪੈਸੇ ਕੌਣ ਦਿੰਦਾ ਫਿਰ ਕਾਲੇ ਹੱਥ ਕਾਣੂ ਕਰੀਏ ਜੇ ਐਂ ਪੈਸੇ ਬਣਦੇ ਹੁਣ ਜਮਾ ਸਹੀ ਗੱਲ ਹੈ ਤੇਰੀ ਮੈਂ ਵੀ ਐਂ ਹੀ ਕਹਿੰਦਾ ਹੁੰਦਾ ਮੈਂ ਇਸੇ ਗੱਲ ਤੇ ਅੜਦਾ ਹੁੰਦਾ ਹੈ ਹੁਣ ਨਰਾਲੇ ਬਾਬੇ ਦੀ ਕਿਰਪਾ ਹੋਈ ਹੈ ਮੇਰੀ ਗੱਲ ਸੁਣ ਪੂਰੇ ਚਾਚੇ ਕੇ ਆਪ ਹੀ ਦੇਖ ਲੈ ਤੂੰ ਅੱਛਾ ਰੋਣੇ ਰੋਈ ਜਾਊ ਪਿੰਡ 'ਚ ਬੱਬੂ ਕੇ ਹਾਂ ਮੇਰੇ ਤਾਂ ਮੁੰਡਾ ਲੱਥ ਨਿਕਲ ਗਿਆ ਮੇਰੇ ਤਾਂ ਮੁੰਡਾ ਹਾਂ ਸਾਰਾ ਕੁਛ ਅੱਗ ਲਾਈ ਨਹੀਂ ਲੱਗਦੀ ਲੈ ਉਹਨਾਂ ਕੋਲੇ ਯਾਰ ਗੱਡੀ ਲੈ ਹੁਣ ਕਿਤੇ 1 ਲੱਖ ਦੀ ਹੋਰ ਅੱਛਾ ਟਮਾਟਰ ਹੀ ਲਿਆਉਣ ਨੂੰ ਫਿਰਦਾ ਲੈ ਰੋਡਾ ਫੀਟਰ ਕੀ ਨਹੀਂ ਹੈਗਾ ਉਹਦੇ ਕੋਲੇ ਦੱਸਦਾ ਨਹੀਂ ਪਰ ਦੱਸੇ ਵੀ ਕਿਉਂ ਬਈ ਅਗਲੇ ਨੂੰ ਆਉਂਦਾ ਕਿਸੇ ਦਾ ਹੋਰ ਹਨਾ ਕੰਮ ਚੱਲਦਾ ਹੋ ਜੇ ਠੀਕ ਆ ਤੂੰ ਐ ਐ ਪੁੱਛ ਮੈਨੂੰ ਵੀ ਇਹ ਮੈਨੂੰ ਕਿਹਨੇ ਵਾੜਿਆ ਇਹ ਕੰਮ ਚ ਅੱਛਾ ਜੀ ਨਾ ਮੈਂ ਭਾਣ ਜੈਸਾ ਕਾ ਉਹਨਾਂ ਦਾ ਪੂਰੇ ਕਾ ਹਾਂ ਉਹਨੇ ਮੈਨੂੰ ਦੱਸਿਆ ਕਹਿੰਦਾ ਨਾਨੇ ਕਹਿੰਦਾ ਤਾਂ ਪੁੱਛ ਨਾਲ ਹੀ ਦੱਸਦੇ ਨਹੀਂ ਕਹਿੰਦਾ ਮੈਨੂੰ ਕਹਿੰਦਾ ਤੂੰ ਲਾ ਹੁਣ ਮੇਰਾ ਤਾਂ ਲੱਖ ਦਾ 2.5 ਲੱਖ ਹੋ ਗਿਆ ਜੀ ਪਤਾ 2.5 ਦਾ 2.5 ਵਿੱਚ ਲਾਤਾ ਅੱਛਾ ਹੁਣ ਮੇਰਾ 5 ਹੋ ਜਾਊਗਾ ਇਦੋਂ ਬਾਅਦ ਐਂ ਬਗੜਾ ਵਿਸ਼ਵਾਸ ਜਾਣੀ ਆਉਂਦਾ ਯਾਰ ਐਂ ਫਿਰ ਤੈਨੂੰ ਮੈਂ ਕਹਿੰਦਾ ਮੈਂ ਤੇਰੇ ਕੋਲੇ ਆਇਆ ਆਸ ਕਰਕੇ ਆਇਆ ਮੈਂ ਤੇਰੇ ਕੋਲ ਪਤਾ ਇਹ ਤਾਂ ਗੱਲ ਹੈਗੀ ਆ ਮੈਂ ਕਹਿੰਦਾ ਯਾਰ ਆਪਾਂ ਹੁਣ ਇਕੱਠੇ ਚੱਲੇ ਦੀ ਹਨ ਇਕੱਠੇ ਡੇਰੇ ਜਾਣ ਲੱਗੇ ਦੀਗੇ ਆ ਚੱਲ ਉੱਥੇ ਤਾਂ ਜਾਣੋ ਹਟ ਗਏ ਹੋਣਾ ਜਾਣੋ ਤਾਂ ਹਟ ਗਏ ਹੁਣ ਪਿੰਡ ਦਾ ਬੰਦਾ ਮੈਂ ਤੇਰੇ ਇਹਨਾਂ ਦਾ ਯਕੀਨ ਹੈ ਬੇਜਕੀਨਾ ਤਾਂ ਨਹੀਂ ਨਾ ਇਹ ਤਾਂ ਯਕੀਨ ਹੈ ਐਂ ਤਾਂ ਫਿਰ ਮੈਨੂੰ ਐ ਯਾਰ ਮੈਂ ਸਭ ਦਾ ਭਲਾ ਹੋਵੇ ਆਪਾਂ ਨੂੰ ਡੇਰੇ 'ਚ ਸਿਖਾਉਂਦੇ ਨੇ ਵੀ ਸਭ ਦਾ ਭਲਾ ਕਰੋ ਸਰਬੱਤ ਦਾ ਭਲਾ ਕਰੋ ਐਂ ਫਿਰ ਐਂ ਤਾਂ ਮੇਰੇ ਕੋਲ ਕਿਹੜਾ ਉਰੀ ਪਏ ਨੇ ਪੈਸੇ ਲਾਣੇਦਾਰ ਨੂੰ ਤਾਂ ਫਿਰ ਪੁੱਛਣਾ ਪਊਗਾ ਨਾ 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 ਇਹ ਗਲਤੀ ਨਾ ਕਰ ਜੀ ਕਿਉਂ ਇਹੀ ਗਲਤੀਆਂ ਤਾਂ ਆਪਾਂ ਮਾਰ ਖਾਂਦੇ ਆ ਉਹਨਾਂ ਨੇ ਇਹ ਚੀਜ਼ਾਂ ਕਿੱਥੇ ਦੇਖੀਆਂ ਨੇ ਫਿਰ ਐਂ ਉਹਨਾਂ ਦਾ ਯਕੀਨ ਹੀ ਨਹੀਂ ਕਰਨਾ ਫਿਰ ਬਗੜਾ ਐ ਹੱਥੋਂ ਹੱਥੀ ਪੈਸੇ ਦੇਣੇ ਐ ਫਿਰ ਤੂੰ ਆ ਤਾਂ ਜਾਣੋ ਹਟ ਜਾਏਗਾ ਪਿਉਂ ਪਿਉਂ ਤੈਨੂੰ ਲੋੜ ਹੀ ਨਹੀਂ ਪੈਣੀ ਸਰਦਾਰ ਘਰੇ ਚਿੱਟੇ ਪਾ ਕੇ ਰੱਖਿਆ ਕਰੇਗਾ ਤੂੰ ਐ ਬਣ ਜਾਂਦਾ ਨਾ ਯਾਰ ਡਬਲ ਬਣ ਜਾ ਯਾਰ ਤੈਨੂੰ ਯਕੀਨ ਨਹੀਂ ਹੈਗਾ ਪ੍ਰਗਟ ਮੇਰੀ ਗੱਲ ਸੁਣ ਤੈਂ ਕਦੋਂ ਕਦੇ ਲਾਏ ਨਹੀਂ ਤੈਨੂੰ ਕਰ ਲਖਿਆ ਮੈਂ ਤੈਨੂੰ 2.5 ਲੱਖ ਵਾਲਾ ਲਾ ਦੇਗਾ ਫਿਰ ਨਾ ਐ ਤਾਂ ਯਕੀਨ ਐ ਤਾਂ ਕਰ ਫਿਰ ਉਹੀ ਗੱਲ ਹੈ ਨਾ
ਲੱਖ ਵਾਲਾ ਲਾ ਲੈ ਹਲੇ ਜਦੋਂ 6 ਮਹੀਨੇ ਬਾਅਦ ਤੇਰੇ ਦੁੱਗਣੇ ਹੋ ਗਏ ਨਾ ਤੂੰ ਮੈਨੂੰ ਭਾਲੇਗਾ ਤੂੰ ਮੈਨੂੰ ਫੋਨ ਕਰੇਗਾ ਲੈ ਮੈਂ ਗਰੰਟੀ ਦਿੰਦਾ ਕੰਪਨੀ ਉਹਦਾ ਇਹ ਨੀ ਪਤਾ ਇੱਧਰ ਗੋਆ ਗੂਆ ਕਰਨੀ ਦਾ ਟੂਰ ਵੀ ਦੇ ਦੇ ਮੈਨੂੰ ਵੀ ਐਂ ਝਾਕ ਹੈ ਗਈ ਅੱਛਾ ਜੀ ਹਾਂ ਫਿਰ ਇਕੱਠੇ ਵਾਗ ਚੱਲਾਂਗੇ ਆਪਾਂ ਹਾਂ ਉਹਨਾਂ ਟਾਈਮ ਮੈਂ ਜਾਂਦਾ ਨਹੀਂ ਜੇ ਮੈਨੂੰ ਕਿਹਾ ਵੀ ਚੰਗਾ ਉਹ ਮੇਰੀ ਤਾਂ ਐਂ ਲੰਗੀ ਜਾਂਦੀ ਆ ਬਸ ਕਾਲੇ ਹੱਥ ਕਰ ਲੈ ਕਾਲੇ ਕੱਪੜੇ ਤੂੰ ਇਹ ਤਾਂ ਸਭ ਛੱਡ ਦੇਗਾ ਇਹ ਤਾਂ ਐਂ ਨਹੀਂ ਪਤਾ ਤੂੰ ਵੇਚ ਕੇ ਇੱਧਰ ਹੀ ਲਾ ਦੇ ਪੈਸੇ ਅੱਛਾ ਜੀ ਹਾਂ ਇਹ ਤਾਂ ਵੇਚ ਦੇਗਾ ਤੂੰ ਮੈਂ ਗਰੰਟੀ ਦਿੰਦਾ 6 ਮਹੀਨਿਆਂ ਨੂੰ ਤੂੰ ਮੇਰੇ ਕੋਲ ਆਏਗਾ ਵੀ ਬਕੜਾ ਲਵਾ ਮੇਰੇ ਹੋਰ ਲਵਾ ਪੈਸੇ ਹੋਰ ਫਿਰ ਆਪਣੇ ਪਿੰਡ ਦੇ ਹੋਰ ਵੀ ਲਾਏ ਨੇ ਕਿਸੇ ਮੈਂ ਜਾਊ ਸਾਰੇ ਕੋਲੇ ਜਾਊ ਭੈਣਾਂ ਕੋਲੇ ਵੀ ਜਾਊਂਗਾ ਭਾਈਆਂ ਕੋਲੇ ਵੀ ਜਾਊਂਗਾ ਅੱਛਾ ਜੀ ਹਾਂ ਮੈਂ ਸਭ ਦਾ ਭਲਾ ਕਰੂੰਗਾ ਇਦੋਂ ਪਹਿਲਾਂ ਤਾਂ ਨਹੀਂ ਲਾਏ ਕਿਸੇ ਨੇ ਮੈਤੋਂ ਪਹਿਲਾਂ ਪੂਰੇ ਕੇ ਯਾਰ ਪੂਰੇ ਚਾਚੇ ਕੇ ਉਹੀ ਗੱਲਾਂ ਸਾਰਾ ਕੁਝ ਹੈ ਹੁਣ ਹਾਂ ਉਹ ਤਾਂ ਫਿਰ ਕੀ ਦੀ ਉਹਨਾਂ ਦੇ ਜਵਾਕ ਜਿਹਨੇ ਜਮਾ ਜਾੜ ਕੇ ਰੱਖਤੀ ਦੀ ਇਹ ਤਾਂ ਹੈ ਚਲ ਕਰੀ ਰਹਿ ਤੂੰ ਜਾਂਗਾ ਹਾਂ ਮੈਂ ਤੈਨੂੰ ਫਿਰ ਕਰ ਲਵਾਂਗਾ ਮੈਂ ਲੈ ਹੀ ਜਾਊਂਗਾ ਆਥਣੇ ਦੇ ਇੱਥੋਂ ਪੈਸੇ ਫੜ ਕੇ ਚਲ ਆ ਜੀ ਮੈਨੂੰ ਫੋਨ ਕਰਕੇ ਆ ਜੀ ਚੰਗਾ ਫਿਰ ਲਿਹਾ ਜਲ ਤੋਂ ਪੁੱਛ ਲੈ ਆਹੋ ਮੈਨੇ ਨਮੇੜ ਦਾ ਕੰਮ ਜਾ ਫਿਰ ਹਾਂ ਚਲ ਠੀਕ ਹੈ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਆ ਸੱਤ ਦੇ ਹੋਰ ਲਵਾਉਣਗੇ ਆਪਣਾ ਕਮਿਸ਼ਨ ਵਧੀਆ ਬਣ ਜੂ ਨਾਲੇ ਗੋਆ ਦਾ ਟੂਰ ਲਵਾਂਗੇ ਤਾਂ ਗਾਈਸ ਅੱਜ ਮੈਂ ਤੁਹਾਨੂੰ ਮੇਰੇ ਬੈਸਟ ਇਨਵੈਸਟਮੈਂਟ ਪਲੇਟਫਾਰਮ ਪੋਕਿਟ ਬ੍ਰੋਕਰ ਬਾਰੇ ਦੱਸਣ ਲੱਗਿਆ ਜਿਸ ਦੇ ਵਿੱਚ ਬਹੁਤ ਜ਼ਿਆਦਾ ਸੀਕ੍ਰੇਟ ਫੰਕਸ਼ਨ ਨੇ ਅਤੇ ਇਹਦੇ ਫਾਇਦੇ ਵੀ ਬਹੁਤ ਜ਼ਿਆਦਾ ਨੇ ਸਭ ਤੋਂ ਪਹਿਲਾਂ ਰਿਵਾਰਡ ਸਿਸਟਮ ਇਸ ਦੇ ਵਿੱਚ ਤੁਹਾਡੇ ਕੋਲ ਜਿੰਨੇ ਜ਼ਿਆਦਾ ਕ੍ਰਿਸਟਲ ਹੋਣਗੇ ਤੁਸੀਂ ਉਨੀ ਜ਼ਿਆਦਾ ਰਿਸਕ ਫਰੀ ਟ੍ਰਾਂਜੈਕਸ਼ਨ ਕਰ ਸਕਦੇ ਹੋ ਅਤੇ ਦੂਜਾ ਹੈ ਰਿਸਕ ਫਰੀ ਡੀਲ ਤਾਂ ਹੁਣ ਤੁਸੀਂ ਸੋਚ ਲਵੋਗੇ ਵੀ ਇਨਵੈਸਟਮੈਂਟ ਸਕਸੈਸਫੁਲ ਰਹੂਗੀ ਜਾਂ ਨਹੀਂ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਇਹਦੇ ਵਿੱਚ ਸੇਵ ਰੱਖ ਸਕਦੇ ਜਿਵੇਂ ਕਿ ਮੈਂ 100 ਡਾਲਰ ਨੂੰ ਰਿਸਕ ਫਰੀ ਟ੍ਰੇਡ ਕੀਤਾ ਸੀ ਇਹਦੇ ਫੀਚਰਸ ਨੂੰ ਐਕਟੀਵੇਟ ਕਰਕੇ ਤੇ ਤੀਜਾ ਸਭ ਤੋਂ ਵਧੀਆ ਤੁਹਾਨੂੰ ਇੱਥੇ ਬੈਂਕ ਲੌਕਰ ਮਿਲ ਜਾਂਦਾ ਜਿਸ ਦੇ ਵਿੱਚ ਤੁਸੀਂ ਆਪਣੇ ਫੰਡਸ ਡਿਪੋਜ਼ਿਟ ਕਰਕੇ ਰੱਖ ਸਕਦੇ ਹੋ ਤੇ 10% ਪ੍ਰੋਫਿਟ ਕਰ ਸਕਦੇ ਹੋ ਬਿਨਾਂ ਕੁਝ ਕੀਤੇ ਤੇ ਪਾਕਟ ਬ੍ਰੋਕਰ ਦੇ ਵਿੱਚੋਂ ਪੇਮੈਂਟ ਵਿਦਡਰਾ ਕਰਨਾ ਬਹੁਤ ਹੀ ਈਜ਼ੀ ਕੁਇਕਲੀ ਐਂਡ ਨੋ ਕਮਿਸ਼ਨ ਤਾਂ ਜਲਦੀ ਰਜਿਸਟਰ ਕਰੋ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਹੈ ਤੇ ਕਮੈਂਟ ਪਿਨ ਕੀਤਾ ਤਾਂ ਮੇਰਾ ਪ੍ਰੋਮੋ ਕੋਡ ਯੂਜ਼ ਕਰਦੇ ਤੁਹਾਨੂੰ ਮਿਲੂਗਾ 60% ਬੋਨਸ ਪਹਿਲੇ ਡਿਪੋਜ਼ਿਟ ਦੇ ਉੱਤੇ ਤਾਂ ਜਲਦੀ ਡਾਊਨਲੋਡ ਕਰ ਨਾ ਜਿਹੜੀ ਤੂੰ ਡੀਸੀ ਵਾਲੀ ਕਰਤੂਤ ਕੀਤੀ ਆ ਚੰਗੀ ਕੀਤੀ ਆ ਮੈਨੂੰ ਦੱਸ ਪਹਿਲਾਂ ਨਾਨੀ ਕਰਤੂਤ ਕਾਣੂ ਕਰੀ ਆ ਉਹਦਾ ਤਾਂ ਨਾਮ ਨੇ ਡੀਸੀ ਦੀਗਾ ਤੁਸੀਂ ਤਾਂ ਹੁਣ ਦੂਜਾ ਸਰਕਾਰੀ ਡੀਸੀ ਸਮਝੀਂਗੇ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਬੰਗਰੋਂ ਪਤਾ ਲੱਗਿਆ ਹਰਮਨ ਪੁੱਤ ਚਲਾਕੀ ਨਹੀਂ ਕਰੀਦੀ ਹੁੰਦੀ ਤੂੰ ਬਗਾਨਾ ਜਵਾਕ ਮਰਵਾਉਣਾ ਸੀ ਉਹਦੇ ਮੁੱਕੇ ਮਾਰੇ ਨਾਲੇ ਮੇਰੀ ਜਾੜ ਤੇ ਮੁੱਕਾ ਮਾਰਿਆ ਮੇਰੀ ਜਾੜ ਦੁਖੀ ਜਾਂਦੀ ਸੱਜੇ ਪਾਸੇ ਦੀ ਪਰਸੋਂ ਦੀ ਦਲੀਆ ਬਣਾ ਬਣਾ ਖਾਣੀ ਆ ਨਾਨੀ ਤੂੰ ਐ ਵੀ ਦੇਖ ਪਰ ਤੁਸੀਂ ਨੇ ਕੀ ਕਰਿਆ ਹੁਣ ਤੂੰ ਗੱਡੀ ਮੈਨੂੰ ਮੇਰਾ ਡੈਡੀ ਵੀ ਪੁੱਛਣ ਲੱਗਾ ਕਿੱਥੇ ਕਹਿੰਦਾ ਤੂੰ ਘਰੇ ਕਿਉਂ ਨਹੀਂ ਲੈ ਕੇ ਆਉਂਦਾ ਮੈਂ ਹੁਣ ਕਿੰਨੇ ਕਿ ਦਿਨ ਬਾਹਰ ਨੇ ਲਈ ਆ ਮੈਂ ਤਾਲੀ ਰੱਖਿਆ ਪਹਿਲਾਂ ਤਾਂ 4 ਦਿਨ ਮੈਂ ਹੁਣ ਪੁੱਛਦਾ ਹੁਣ ਦੱਸ ਕੀ ਕਰਾਂ ਮੈਂ ਵੇ ਪੁੱਤ ਹਜੇ ਆਪਣੇ ਪਿਓ ਨੂੰ ਨਾ ਦੱਸੀ ਉਹ ਜਵਾਈ ਭਾਈ ਆ ਇੱਥੇ ਆਊਗਾ ਸਾਡੇ ਕਲੇਸ਼ ਹੋਊਗਾ ਚਾਬੀ ਤਾਂ ਰੱਸੀ ਨਾਲ ਬੰਨ ਕੇ ਗੀਜੇ ਚ ਪਾਈ ਫਿਰਦਾ ਚਾਬੀ ਨੀ ਮੈਂ ਲੈ ਸਕਦੀ ਇੱਥੇ ਮੇਰੀਆਂ ਲੱਤਾਂ ਪਨਾਉਣੀਆਂ ਤੂੰ ਹੁਣ ਹੈਗਾ ਕਿੱਥੇ ਨਾਨਾ ਘਰੀ ਆ ਉਹ ਤਾਂ ਆਟਾ ਚੱਕਣ ਗਿਆ ਹੋਇਆ ਚੱਕੀ ਤੋਂ ਊਂ ਤਾਂ ਅੱਜ ਤੇਰੀ ਮਾਮੀ ਵੀ ਨੀ ਘਰ ਉਹਨਾਂ ਦੇ ਪਿੰਡ ਮੇਲਾ ਭਰਦਾ ਮੇਲਾ ਦੇਖਣ ਗਈ ਆ ਨਾਨੀ ਬਣ ਕੇ ਜੇ ਘਰੇ ਆਇਆ ਚਾਬੀ ਦਾ ਕਿਤੋਂ ਨਾ ਕਿਤੋਂ ਗੀਜੇ ਚੋਂ ਕੱਢ ਲੈ ਇਹੀ ਲਈ ਕਰ ਲੈ ਮਾਪੇ ਆ ਕੇ ਲੈ ਜਾਊ ਅੱਗੇ ਕੰਮ ਮੇਰਾ ਤੇ ਕੱਲੀ ਚਾਬੀ ਉਹ ਰਿਮੋਟ ਜਾਇਆ ਵੀ ਕੋਈ ਕਜੇ ਦੀ ਪਾ ਉਹ ਫੜ ਲੈ ਤੇ ਬਸ ਅੱਗੇ ਕੰਮ ਮੇਰਾ ਮਾਪੇ ਲੈ ਜਾਊ ਗੱਡੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਹੀਲਾ ਵਸੀਲਾ ਤਾਂ ਮੈਂ ਪੁੱਤ ਕਰ ਦਿੰਦੀ ਜੇ ਤੇਰੇ ਲੱਛਣ ਸਹੀ ਹੁੰਦੇ
ਆ ਡੀਸੀ ਵਾਲੀ ਕਰਤੂਤ ਤੋਂ ਤਾਂ ਉਹ ਇੰਨਾ ਤੱਤਾ ਹੋਇਆ ਫਿਰਦਾ, ਤਪਿਆ ਫਿਰਦਾ, ਡਾਂਗ ਚੱਕੀ ਫਿਰਦਾ, ਫੇਰ ਤੇਰੇ ਮੌਰ ਸਿੱਕੂਗਾ, ਅੱਗੇ ਦੇਖ ਲਾ ਕਿਵੇਂ ਤੇਰੇ ਡਾਂਗਾਂ ਬਰਾਈਆਂ ਉਹਨੇ। ਚੱਲ ਕੋਈ ਨੀ, ਦੇਖਦੀਆਂ ਪੁੱਤ ਕਰਦੀਆਂ ਕੋਈ ਹੀਲਾ ਵਸੀਲਾ। ਚੰਗਾ ਮੇਰਾ ਪੁੱਤ, ਆ ਡੈਡੀ ਕੋਲ ਨਾ ਦੱਸੀ। ਚੱਲ ਦੇਖੀ ਜਾਊ ਮੇਰੇ ਸਾਲ ਦੀਆਂ ਮੱਖੀਆਂ ਹੀ ਰਸਤਾ ਲਿਆ ਦੇ ਪਾਲੀਆਂ ਨੇ ਕਿ ਦੁੱਧ ਦੇਣਗੀਆਂ ਇਹ ਵੀ ਕਦੇ ਕਸੂਤੇ ਥਾਂ ਮੈਂ ਜਾਣਗੇ ਲੜ ਇਹ। ਖਾਲੀ ਹੱਥ ਤੁਰਿਆ ਨਾ, ਆਟਾ ਨੀ ਲੈ ਕੇ ਆਇਆ? ਆਟਾ ਹੁਣ ਹੁਣੀ ਪੀ ਦੂਗਾ 10 ਮਿੰਟ 'ਚ ਉਹ। ਹੈ 2-3 ਕਿਲੋ ਊਂ ਤਾਂ ਲੈ ਆਂਦਾ, ਵਿੱਚ ਘਟਾ ਦਿੰਦਾ ਫਿਰ। ਤੂੰ ਮੇਰੇ ਸਾਲ ਦੀ ਤੁਰਤ ਬਾਰੀ ਦੱਸਿਆ ਕਰ, ਜਦੋਂ ਜਮਾ ਕੌਲੀ ਵੀ ਨਹੀਂ ਝੱਟ ਦੇ ਆਟੇ ਦੀ। ਤੂੰ ਨਾ ਮੋਹ ਪਿਆਰ ਨਾਲ ਗੱਲ ਕਰੀ ਮੇਰੇ ਨਾਲ। ਮੋਹ ਪਿਆਰ ਨੂੰ ਗਾਹਾਂ ਬੜੀਆਂ ਤੇਰੇ ਦਿਲ ਨਾ ਮੇਰੀ ਗੱਲ ਸਕੋਰਾਂ ਪੈਂਦੀਆਂ ਨੇ। ਤੇਰੇ ਦਿਲ 'ਚ ਮਾੜਾ ਮੋਟਾ ਮੋਹ ਪਿਆਰ ਹੈ ਹੀ ਨਹੀਂ ਮੇਰੇ ਲਈ। ਉਹ ਮੇਰੇ ਕੋਲ ਨਹੀਂ ਹੈਗਾ ਓਏ ਝੋਦੀ ਬਣਿਆ ਮੋਹ ਪਿਆਰ ਦੀ। ਜਦੋਂ ਵੀ ਮੇਰੇ ਸਾਲ ਦੀ ਘਰ ਖਾਲੀ ਦੇਖਦੀ ਹੈ, ਮੋਹ ਭਾਂ ਬੱਦਿਆਂ ਗੱਲਾਂ ਕਰਨ ਲੱਗ ਜਾਂਦੀ ਹੈ। ਉਮਰ ਉਮਰ ਦਾ ਹਿਸਾਬ ਹੁੰਦਾ, ਹੁਣ ਮੋਹ ਭਾਵ ਸਾਰੀ ਉਮਰ ਕਰੀ ਜੋ ਬੰਦਾ। ਤੂੰ ਨਹੀਂ ਮੇਰਾ ਬਣ ਸਕਦਾ, ਤੂੰ ਮੇਰਾ ਬਣਿਆ ਹੀ ਨਹੀਂ ਸਕਦਾ, ਤੂੰ ਪਹਿਲੇ ਦਿਨ ਤੋਂ ਹੀ ਨਹੀਂ ਮੇਰਾ ਬਣਿਆ। ਹਾਂ ਤੂੰ ਤੈਨੂੰ ਮੈਂ ਕਹਿੰਦਾ ਸੀ ਮੇਰੀ ਬਣ ਜਾ ਤਾਂ ਬਣ ਗਈ ਤੂੰ, ਉਹਦਾ ਤੈਨੂੰ ਭੈਣ ਦੇਖਾ ਦੇ ਮੇਰੇ ਤੇ ਮੁਸ਼ਕ ਆਉਂਦੀ ਸੀ। ਹੈ ਤੂੰ ਬਣ ਜਾ ਫਿਰ ਜਿਹਦਾ ਬਣਨਾ, ਰਾਜ ਗੁੰਡੀ ਦਾ, ਉਹਦੇ ਮਗਰ ਮਗਰ ਫਿਰਦਾ ਸਾਰੀ ਜਵਾਨੀ ਮੇਰੀ ਗਾਲ ਕੇ। ਮੇਰੇ ਸਾਲੇ ਤੈਨੂੰ ਜਮੀ ਸ਼ਰਮ ਨਹੀਂ ਆਉਂਦੀ? ਹੈ ਕਿਉਂ ਉਹਨੂੰ ਕਿਉਂ ਤੂੰ ਘਰੇ ਬੈਠੀ ਲੋਕ ਨੇ ਗੋਡੇ ਉਹਦੇ ਨਹੀਂ ਕੰਮ ਕਰਦੇ ਦੇ। ਹੈ ਜਿਹੜਾ ਉਹਨੇ ਮੇਰੀ ਹਿੱਕ ਤੇ ਦੀਵਾ ਬਾਲਿਆ ਮੈਨੂੰ ਭੁੱਲਣਾ ਨਹੀਂ ਕਦੀ। ਹਾਂ ਮੈਂ ਤਾਂ ਕਹਿੰਦੀ ਗੁੰਡੀ ਉਹ ਮਰ ਜਾਵੇ ਜਿਹੜਾ ਕੱਲ ਨੂੰ ਮਰਨਾ ਅੱਜ ਮਰੇ। ਐ ਕਰ ਕੱਪੜੇ ਕੱਢ ਮੇਰੇ, ਮਾਂ ਮੈਸ ਦੇਖ ਕੇ ਆਈਏ। ਮੈਸ ਦੇਖ ਕੇ ਆਈਏ ਨਾ, ਤੈਨੂੰ ਘਰ ਟਕਾ ਹੈ ਨੀ, ਬਹੂ ਵੀ ਨੀ ਘਰ, ਮੁੰਡਾ ਵੀ ਨੀ ਹੈਗਾ ਘਰ, ਤੂੰ ਘਰ ਰਹਿ ਲਾ। ਓਏ ਆ ਜੂ 8 ਵਜੇ ਨਾਲ, ਹੁਣ ਇੱਥੇ ਜਾਣਾ ਸੀ ਤਾਂ ਮਾਨਸਾ ਕੋਲੇ ਜਾਣਾ ਮੈਂ ਦੇਖਣਾ, ਵਧੀਆ ਅਵਸਰ ਝੂਟੀ ਹੈ, ਹੱਥੋਂ ਲੰਘ ਹੀ ਔਖਾ ਹੋਊਗਾ। ਹੈ ਜਿੱਥੇ 2 ਰੁਪਏ ਬਣਨੇ ਇਹਦੇ ਨਾਲ ਤੂੰ ਨਾ ਬਣ ਦੀ ਨਾ, ਕੱਪੜੇ ਕੱਢ ਮੇਰੇ। ਕੁੜਤਾ ਵੀ ਪਾ ਆਹੋ ਸਾਗ ਨਾ ਖਾਣੀ ਕਿ ਚਟਣੀ ਨਾ, ਪੱਤਾ ਗੋਭੀ ਬਣਾ ਕੇ ਆਹੋ ਪਾ ਕੇ ਵਿੱਚ ਬਣਾਇਆ ਸੀ। ਘਰੇ ਵੀ ਦੁੱਧ ਵਾਲੀ ਮੈਂ ਸਲੈ ਕਰ ਰੋਲੀ ਵਪਾਰੀ ਦੇ ਕੀਲੇ ਖੁਰਲੀਆਂ ਭਰੇ ਰਹਿੰਦੇ ਨੇ। ਉਹਦਾ ਵੱਡਾ ਵਪਾਰੀ ਹੈ ਹੁਣ, ਉਹਦੀ ਕਿੱਥੋਂ ਰੀਸ ਕਰ ਲੂੰਗਾ ਮੈਂ। ਹੈ 14-15 ਕਿੱਲੇ ਜ਼ਮੀਨ ਦੇ ਉਹਦੇ ਕੋਲੇ। ਗੱਲਾਂ ਤਾਂ ਤੂੰ ਵੀ ਵੱਡੇ ਵਪਾਰੀਆਂ ਵਾਲੀਆਂ ਕਰਦਾ, ਲੈ ਆਇਆ ਕਰ, ਦੁੱਧ ਰੜਕ ਲਿਆ ਕਰਾਂਗੇ, ਘਿਓ ਦਾ ਭੂਰਾ ਬਣਾ ਲਵਾਂਗੇ। ਜਿਹੜੇ ਉੱਥੇ 500-400 ਮੌਕੇ ਦੇ ਵੱਟਦਾ ਹੋਈ ਵਧੀਆ ਹੁੰਦਾ ਹੈ। ਹੈ ਖਰਚਾ ਪੱਠਾ ਕੱਢ ਕੇ ਕਿਰਾਇਆ ਭਾੜਾ ਕੱਢ ਕੇ ਨਾ 500-700 ਬਚ ਗਿਆ ਬਹੁਤ ਹੈ। ਅੱਗੇ ਕਿਹੜਾ ਤੂੰ ਮੇਰਾ ਅੱਖ ਲੱਗਣਾ ਜਿਹੜਾ ਹੁਣ ਲੱਗਣਾ। ਆ ਧੋ ਦਵਾਂ ਕੱਪੜੇ। ਛਿੱਕ ਛੁੱਕ ਨਾ ਮਾਰੀ ਮੇਰੇ ਸਾਲੀਏ, ਕਹਿੰਦਾ ਪਹਿਲਾਂ ਮੰਗੂ ਮਾਰੇ ਤਰਦਾਂ ਦੀ ਮਾਰ ਲਿਆ ਛਿੱਕ ਭੈੜੇ ਘਸਾੜੇ ਤੋਂ ਹੱਥ ਨੇ ਆਊਗਾ। ਗਿਆ ਸ਼ੁਕਰ
ਇਹਨੂੰ ਕੁੰਜੀ ਦਾ ਚੇਤਾ ਨਹੀਂ ਆਇਆ। ਓ ਗੁਰਦੇਵ ਪੈਸੇ ਤਾਂ ਘਰੀ ਭੁੱਲ ਗਿਆ। ਨਹੀਂ ਸਰ ਜੀ ਦਾ ਓ ਕੁੜਤਾ ਜਾ ਕਿੱਥੇ ਨੀ ਪੈਸੇ ਪਾਈ ਤੇ ਥੋੜੇ ਜੀ ਅੱਜ ਕੁੰਜੀ ਪਈ ਦੀ ਨੀ ਕਾਰ ਦੀ ਕਿਹੜੀ ਕੁੰਜੀ ਉਹ ਗੀਜੇ ਦੇ ਪਈ ਦੀ ਕੁੰਜੀ ਕਾਰ ਦੀ ਮੈਨੂੰ ਕੀ ਪਤਾ ਮੈਂ ਕਿਹੜਾ ਕੁੰਜੀ ਨਾਲੇ ਨਾਲ ਬੰਨ ਕੇ ਰੱਖਦੀ ਆ ਹੁਣ ਤੈਨੂੰ ਕੀ ਹੋਰ ਆਹ ਮੈਂ ਦੇਖਿਆ ਘਰੇ ਬੜ ਲੱਗੇ ਦਾ ਕੁੜਤਾ ਦਾਰ ਨੂੰ 2 ਮਿੰਟ ਤੋਂ ਪਹਿਲਾਂ ਮੈਂ ਦੇਖ ਕੇ ਆਇਆ ਕਦੇ ਸੁੱਟ ਸੱਟ ਤਾਂ ਨਹੀਂ ਦਿੱਤੀ ਉਹ ਬੋਲਾ ਮੈਂ ਸਿੱਟ ਨੂੰ ਘਰੇ ਬੜਨ ਸਰ ਮੈਂ ਦੇਖੀ ਤੂੰ ਅੰਦਰ ਬਣਿਆ ਮੈਨੂੰ ਨੀ ਪਤਾ ਹੱਦ ਹੋ ਗਈ ਹੋਰ ਕਿਹਨੂੰ ਪਤਾ ਗਾ ਮੈਨੂੰ ਨਹੀਂ ਪਤਾ ਤੂੰ ਜਾਣਦਾ ਮੇਰੇ ਸਰ ਦੀ ਨਾ ਚਲਾਕੀਆਂ ਕਰਿਆ ਕਰ ਮੇਰੇ ਨਾਲ ਜਵਾਕ ਜਿਹੇ ਦੀ ਦੇ ਦੇ ਗੱਡੀ ਉਹ ਵਿਚਾਰਾ ਮਿੰਨਤਾਂ ਕਰਦਾ ਫਿਰਦਾ ਖਸਮ ਦੇ ਤੂੰ ਵਿੱਚੀ ਰਲੀ ਮਿਲੀ ਨੀ ਹੈ ਰਲੀ ਮਿਲੀ ਨੀ ਤੂੰ ਕਿਉਂ ਮੇਰੇ ਸਾਲ ਦੀ ਛਿੱਤਰ ਖਾਣ ਦੇ ਲੱਛਣ ਕਰਦੀ ਨੀ ਸਰ ਉਹਦਾ ਹੈ ਚੱਲ ਧੀਰੇ ਪਰੇ ਜਵਾਕ ਭੈਣ ਦੀ ਦੇਹ ਚੋਰੀਆਂ ਕਰਦੀ ਮੇਰੇ ਗੀਜੇ ਚੋਂ ਫੜਾ ਕੁੰਜੀ ਕਿੱਥੇ ਰਾ ਤੇਰਾ ਬੈਜ ਮੈਂ ਬੇੜਾ ਕੁੰਜੀ ਫੜਾ ਦੇ ਲੱਤਾਂ ਤੋੜ ਦੂੰ ਮੇਰੇ ਸਲੀ ਦੀਆਂ ਤੇਰਾ ਬੈਜ ਮੈਂ ਬੇੜਾ ਇਦਾਂ ਦੇ ਦਾ ਨਾਲੇ ਹੋਰ ਚੋਰਾ ਲਗੜਾ ਫੜਾ ਰ ਉਹਦੇ ਨਾਲ 30 ਰੁਪਏ ਹੋਰ ਦਿੱਤਾ ਉਹ ਵੀ ਲਿਆ ਮੇਰੇ ਕੋਲ ਵੀ ਢਾਫਾ ਕੋ ਰਹਿਣ ਦੇ ਉਹ ਫੜਾ ਦੇ ਕਿਰਾਇਆ ਲਾਉਣ ਬਾਅਦ ਲਿਆ ਖੁੱਲੇ ਮੈਂ ਚੋਰੀਆਂ ਕਰਦੀ ਆ ਗੀਜੇ ਚੋਂ ਚੋਰਾ ਲੰਗੜਾ ਜਾਣ ਲੱਗਾ ਵੀ ਮੇਰੇ ਹੱਡ ਸੇਕ ਗਿਆ ਔਰ ਇਹ ਕਿਹੜੀ ਕਮਾਈ ਕਰਦਾ ਫਿਰਦਾ ਐਡਾ ਫੁੱਦੂ ਨੀ ਹੈਗਾ ਪੂਰਾ ਵੀ ਤੂੰ ਬਣਾ ਲੇਗੀ ਪਿੱਠ ਤੇ ਨੀ ਪੈ ਗਿਆ ਕੌਤਕ ਹੋ ਗਿਆ ਹੈ ਕਮਾਲ ਹੋ ਗਈ ਗੇਟ ਬੰਦ ਕਰਤਾ ਅੱਛਾ ਉਧਰ ਨਹੀਂ ਖੋਲਿਆ ਵੱਡਾ ਹੈ ਮੇਰਾ ਖੰਗੂਰੀ ਤਾਂ ਮਾਰਦਾ ਹੁੰਦਾ ਜਿਵੇਂ ਤਿਉੜ ਪੀਤਾ ਹੁੰਦਾ ਆਇਆ ਕਰਦਾ ਤੇਰਾ ਗਲਾ ਠੀਕ ਕਿਉਂ ਬੋਲਦਾ ਤੂੰ ਤੈਨੂੰ ਬੋਲਦਾ ਹੋਰ ਕਿਹਨੂੰ ਬੋਲਦਾ ਕੀ ਲੈਣਾ ਆਇਆ ਇੱਥੇ ਓਏ ਕਿਉਂ ਤੈਨੂੰ ਪੁੱਛ ਕੇ ਆਇਆ ਕਰਾਂ ਮੈਂ ਨਹੀਂ ਕੀ ਰੱਖਿਆ ਤੇਰਾ ਇੱਥੇ 100 ਰਿਸ਼ਤੇਦਾਰੀ ਯਾਰ ਸਾਡੀ ਤੂੰ ਹੱਦੇ ਕਰਦਾ ਜਮੀ ਕੋਈ ਉਈ ਜੁੱਲੀ ਚੱਕ ਤੁਰਿਆ ਫਿਰਦਾ ਮੈਂ ਐਸ ਘਰੇ ਤੇਰੀ ਕੀ ਰਿਸ਼ਤੇਦਾਰੀ ਆ ਇਹਨਾਂ ਨੇ ਪੁੱਛ ਲਈ ਕੀ ਰਿਸ਼ਤੇਦਾਰੀ ਹੈ ਟੁੱਕੜ ਚੋਦ ਕਈ ਆ ਮੇਰੇ ਕੋਲ ਹਿਸਾਬ ਲਾ ਲਾ ਮਾਰ ਲੇਗਾ ਹਾਂ ਹੈ ਦਿਖਾਵਾਂ ਮਾਰ ਕੇ ਫਿਰ ਉਹ ਤੇਰੇ ਵਰਗਾ ਟੁਕੜ ਚੋਦ ਨੂੰ ਜਾਣਦਾ ਮੈਂ ਹੈ ਤੈਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਕੋਈ ਤੂੰ ਹੀ ਗਾ ਬਾਲ 'ਚ ਬੋਈਏ ਚਲਾਉਂਦਾ ਫਰੀ ਜਾਣਾ ਉਹਦਾ ਮੇਰਾ ਸਾਲਾ ਪ੍ਰਾਹੁਣਾ ਬਣ ਕੇ ਫਿਰਦਾ ਪਿੰਡ 'ਚ ਪਤਾ ਨਹੀਂ ਕਿਹਦੇ ਮੰਗ ਮੁੰਗ ਕੇ ਲਿਆ ਇੱਟ ਮਰੂ ਚੱਕ ਕੇ ਕਿਹਦੇ ਮੰਗ ਕੇ ਲਿਆ ਓਏ ਤੈਨੂੰ ਇੰਨਾ ਨਹੀਂ ਪਤਾ ਸਾਡਾ ਕਲਾਉਣਾ ਬੈਲੀਆਂ ਦਾ
ਅਸੀਂ ਪੰਦਾ ਮਾਰ ਕੇ ਦੱਬ ਦਿੰਦੇ ਆ, ਕੋਈ ਨਹੀਂ ਚੁੱਪ ਕਰ ਜਾ, ਇੱਥੇ ਦੱਬ ਦੂੰ ਕਹੀ ਨਾਲ, ਕੋਈ ਨਹੀਂ ਆ ਜਾ ਫਿਰ, ਆ ਜਾ ਆ ਇੱਧਰ ਤੂੰ, ਆ ਇੱਧਰ ਜਾ ਉਹਦਾ ਪੁੱਛਣਾ ਕਰਨੀ, ਕੋਈ ਨਹੀਂ ਲੱਗ ਲਵੇ ਤੂੰ ਉਦਣ ਵੀ ਬਚਾ ਲਿਆ, ਕੈਨੀ ਮਾਰ ਕੇ ਸਿਰ ਪਾੜ ਦੇਣਾ ਸੀ, 35 ਟਾਂਕੇ ਲੱਗਣੇ ਸੀ, ਤੂੰ ਹੀ ਬਚਾਉਣਾ ਦੁਨੀਆ ਨੂੰ ਨਾ, ਤੇਰੇ ਵਰਗੇ ਮਾਰ ਮਾਰ ਕੇ ਨਿਉਆਂ 'ਚ ਦੱਬੇ ਪਏ ਨੇ ਸੀ, ਨਿਉਆਂ 'ਚ ਦੱਬੇ ਪਏ ਆ, ਇਹ ਨਾ ਬੱਕਰੇ ਹੋਰ ਚਾਵਲ ਮਾਰਦਾ, ਇਹਨੂੰ ਤੂੰ ਕਬੀਲਦਾਰ ਸਮਝਦੀ ਆ, ਕਬੀਲਦਾਰ ਇਹੋ ਹੀ ਹੁੰਦੇ ਕਿਸੇ ਦੇ ਘਰੇ ਜਾਂਦੇ, ਕੋਈ ਨਹੀਂ ਲੈ ਫਿਰ ਤੂੰ ਹੀ ਕਰ ਲਈ ਜਿਹੜਾ ਕੰਮ ਕਰਨ ਲਾ, ਮੈਂ ਤਾਂ ਜਾਂਦਾ, ਚੱਲ ਜਾ ਦਿਖਾਓ, ਭਾਗ ਜਾਂਦਾ ਤੂੰ, ਜਾ ਜਾ ਇਹੋ ਜਿਹਾ ਭਾਈ ਬੜਾ ਕਿਉਂ ਆ ਘਰੇ, ਕੋਈ ਨਹੀਂ ਮੈਂ ਕਰਦੀ ਗੱਲ, ਆ ਜਾ ਤੂੰ, ਤੁਸੀਂ ਅੰਦਰ ਆ ਜਾ, ਤੈਨੂੰ ਪਤਾ ਨੀ ਮੇਰਾ ਹਜੇ ਪਿੰਡ ਚ ਦੱਸਿਆ ਨੀ ਹੋਣਾ ਕਿਸੇ ਨੇ, ਓਏ ਸਾਲਾ ਮੇਰਾ ਕੁੱਤੇ ਦਾ ਹੱਡ ਚਵਲ ਜਾਣ ਦੀ, ਆ ਕਤੀੜ ਨਾ ਹੋਵੇ ਤਾਂ ਕਿਸੇ ਥਾਂ ਦਾ, ਤੇਰੇ ਵਰਗੇ 3600 ਕਤੀੜਾਂ ਤੁਰੀਆਂ ਫਿਰਦੀਆਂ ਨੇ, ਲਓ ਆ ਲਓ ਜੀ ਪਾਣੀ ਪੀ ਲਓ, ਇਹ ਜੇ ਮਲੰਗ ਨੂੰ ਤੁਸੀਂ ਬਾੜਦੇ ਕਿਉਂ ਨੇ ਘਰੋਂ, ਹੈ ਦਫਾ ਕਿਉਂ ਨਹੀਂ ਕਰਦੇ ਇਹ ਜੇ ਬੰਦੇ ਨੂੰ, ਕੀ ਕਰੀਏ ਜੀ ਹੁਣ ਸਾਡੇ ਗਲ ਪਿਆ ਵਾ, ਗਲ ਪਿਆ ਢੋਲ ਤਾਂ ਵਜਾਉਣਾ ਹੀ ਪੈਂਦਾ, ਮੇਰੀ ਗੱਲ ਸੁਣੋ, ਕੁਦਰਤੀ ਜੇ ਭਗਵੰਤ ਮਾਨ ਮੇਰੇ ਨਾਲ ਆ ਜਾਂਦਾ ਭਲਾ ਫਿਰ ਅੱਜ ਆਇਆ ਹੋਇਆ ਤਾਂ ਦੜਬੇ, ਹੈ ਜੇ ਉਹ ਮੇਰੇ ਨਾਲ ਆ ਜੀ ਚੱਲ ਭਰਪੂਰ ਆਪਾਂ ਚਾਹ ਪੀ ਕੇ ਆਉਣੇ, ਇਹੋ ਜਿਹੇ ਚਾਵਲ ਬੰਦ ਦਾ ਹੀ ਨਹੀਂ ਪਤਾ, ਐਡੇ ਵੱਡੇ ਮੰਤਰੀ ਕੁਛ ਬੋਲਦੇ, ਹੈ ਇਹਦੇ ਚੱਡੇ ਪੜਵਾਉਣਾ ਵਾ, ਇਹਨੂੰ ਤਾਂ ਹੈ ਹੀ ਨਹੀਂ ਜੀ ਅਕਲ ਮੌਤ, ਜੇ ਅਕਲ ਹੋਵੇ ਤਾਂ ਵਿਆਹ ਨਾ ਹੋ ਜਾਏ ਤਾਂ ਹੁਣ, ਉਹੀ ਤਾਂ ਗੱਲ ਸਾਡੀਆਂ ਜੜਾਂ 'ਚ ਬੈਠਾ, ਜੜਾਂ 'ਚ ਨਹੀਂ ਬੈਠਾ, ਆਪਣੀ ਸੱਚ ਕੁੜੀ ਦਾ ਕੀ ਬਣਿਆ ਜੀ, ਕੁਛ ਬਣਿਆ ਨੇੜੇ ਤੇੜੇ ਲੱਗਿਆ, ਕੋਈ ਨਾ ਹਜੇ ਟਾਈਮ ਲੱਗੂ ਥੋੜ੍ਹਾ ਜਿਹਾ, ਤੁਸੀਂ ਨਾ ਸ਼ੱਕ ਜਾਣਾ ਕਰੋ, ਦੇਖੋ ਮੇਰੇ ਤੇ ਮੈਨੂੰ ਫਿਰ ਘਬਰਾਹਟ ਜੀ ਹੋਣੀ, ਨਹੀਂ ਨਹੀਂ ਸ਼ੱਕ ਨਹੀਂ, ਮੈਂ ਤਾਂ ਉਹ ਕਹਿੰਦੀ ਵੀ ਕੁੜੀ ਦਾ ਸਾਰਾ ਕੰਮ ਹੋਇਆ ਪਿਆ, ਹਾਂਜੀ ਕੱਲ੍ਹ ਭਗਵੰਤ ਮਾਨ ਦੇ ਘਰ ਵਾਲੀ ਨਾਲ ਗੱਲ ਹੋਈ ਹੈ, ਉਹਨੇ ਜਿਹੜੀ ਔਰਤਾਂ ਦਾ ਸਾਰਾ ਸਿਸਟਮ ਹੈ, ਜਿਹੜੀ ਕੁੜੀਆਂ ਕਤਰੀਆਂ ਨੇ ਉਹਨਾਂ ਦਾ ਸਾਰਾ ਮਤਲਬ ਕਿ ਡਿਪਾਰਟਮੈਂਟ ਹੁਣ ਉਹਦੇ ਕੋਲ ਹੈ ਇਸਤਰੀਆਂ ਦਾ, ਅੱਛਾ ਜੀ, ਹਾਂ ਉਹ ਕਹਿੰਦੀ ਭਰਪੂਰ ਸਿੰਘ ਵੀ ਫਿਕਰ ਨਾ ਕਰ, ਅਸੀਂ ਕਰਾਂਗੇ ਕੰਮ ਪੂਰਾ, ਹੈ ਚੋਣ ਜਾਬਤਾ ਲਾ ਕੇ ਹੁਣ, ਅੱਛਾ ਚੋਣ ਵੋਟਾਂ ਪੈਣੀਆਂ ਨਾ ਹੁਣ, ਅੱਛਾ ਵੋਟਾਂ ਕਰਕੇ ਹੁਣ ਬੰਦ ਕਰਤਾ ਇਹਨੇ, ਕੋਈ ਨੌਕਰੀ ਨਹੀਂ ਦੇ ਸਕਦੀ, ਕਿਸੇ ਨੌਕਰੀ ਕੱਢਦੇ ਨਹੀਂ, ਅੱਛਾ ਜੀ, ਫਿਰ ਆਪਣਾ ਕੰਮ ਪਿੱਛੇ ਪੈ ਗਿਆ ਜੀ ਹਿਸਾਬ ਨਾਲ, ਹੋਰ ਮਹੀਨਾ 2 ਮਹੀਨਾ ਹੋਰ ਗਾਹਾਂ ਵਗ ਗਿਆ, ਅਤੇ ਆਪਣਾ ਉਹ ਫਿਰ ਐਂ ਜੇ ਕਹਿੰਦੀ ਸੀਗੀ ਸੀ ਮੈਂ ਵੀ ਵੀ ਆਪਣਾ ਵਿਆਹ ਤੜਾ ਦਈਏ ਵੀ ਕੱਲ੍ਹ ਨੂੰ ਕੋਈ, ਜਿਵੇਂ ਤੁਸੀਂ ਕਹਿੰਦੇ ਵੀ ਚੋਣ ਜਾਬਤਾ ਲੱਗ ਗਿਆ ਵੀ ਕੋਈ ਗੱਲਬਾਤ, ਇਹਨੂੰ ਨਾ ਜੀ ਪਤਾ ਲੱਗ ਜੇ ਕੁਛ, ਹੁਣ ਭਲਾ ਇੰਨੀ ਮਿਹਨਤ ਕਰਕੇ ਆਪਾਂ ਵਿਆਹ ਕਰਾਇਆ ਹੈ, ਜੇ ਹੁਣ ਐਂ ਟੁੱਟ ਗਿਆ ਭਲਾ ਫਾਇਦਾ ਕੀ ਹੈ, ਹਜੇ ਤਾਂ ਚੋਣ ਜਾਬਤੇ ਕਰਕੇ ਕੋਈ ਕਾਗਜ਼ ਪੱਤਰ ਵੀ ਨਹੀਂ ਬਣਦਾ, ਅੱਛਾ ਜੀ, ਹਾਂ ਨਾਲੇ ਤੁਸੀਂ ਫੋਟੋ ਫੂਟੋ ਜੀ ਕਦੋਂ ਲਾਉਂਦੇ ਇੱਥੇ ਤੁਸੀਂ, ਉਹ ਤਾਂ ਇਹਦੇ ਕਰਕੇ ਨਹੀਂ ਲਾਈ ਜੀ, ਇਹ ਘਰੇ ਫਿਰਦਾ ਨਾ, ਫਿਰ ਜੰਮੀ ਲਾਈ ਫੋਟੋ ਹਜੇ ਤੱਕ ਤੁਸੀਂ ਆਪਣੀ, ਇਹ ਲਾਊਂਗੀ ਜੀ ਜਦੋਂ ਕੰਮ ਨਿਬੜ ਗਿਆ ਘਰ ਦਾ, ਮੈਂ ਤਾਂ ਆਪ ਵੱਜੀ ਹੋਈ ਹਾਂ ਜੀ ਤੁਹਾਨੂੰ ਪਤਾ ਹੀ ਹੈ, ਇੱਥੇ ਲਾਓ ਫੋਟੋ, ਕਿੱਡੀ ਤਾਂ ਫੋਟੋ ਕਰਾ ਕੇ ਲਿਆ ਮੈਂ, ਹੈ ਇਹਦਾ ਕੋਈ ਨਹੀਂ ਜੀ, ਲਾ ਲਿਆਂਗੀ ਜੀ, ਤੂੰ ਐਂ ਘਰੇ ਘਰੇ ਮਿਲੀ ਨਾ ਕਰੋ, ਬਾਹਰ ਅੰਦਰ ਮਿਲ ਲਿਆ ਕਰਾਂਗੇ ਆਪਾਂ, ਹੋਰ ਜੀ ਸਾਡੇ ਘਰੇ ਤਾਂ ਬਾਹਲਾ ਜੱਬ ਪੈਂਦਾ ਹੈ ਜਦੋਂ ਤੁਸੀਂ ਆਉਂਦੇ ਹੋ, ਮੈਨੂੰ ਤੇਰਾ ਬਾਹਲਾ ਆਉਂਦਾ ਹੈ, ਮੈਨੂੰ ਤਾਂ ਐਂ ਵੀ ਭਾਈ ਇਹ ਸਾਡੇ ਘਰ ਤਸਵੀਰੇ ਘੁੰਮੀ ਜਾਂਦੀ ਹੈ, ਹੈ ਵੀ ਕਿਵੇਂ ਕੱਟਦੀਆਂ ਤੂੰ ਐਡੀ ਜਵਾਨ ਜਵਾਨੀ ਕਿਵੇਂ ਕੱਟਦੇ, ਮੈਨੂੰ ਪਤਾ ਹੈ ਗੱਲਾਂ ਦਾ, ਇਹੋ ਜਿਹੇ ਲੋਕਾਂ ਦੀਆਂ ਨਿਗਾਹ ਬਹੁਤ ਮਾੜੀਆਂ ਨੇ, ਹੈ ਅੱਖ ਰੱਖਣ ਨੂੰ ਫਿਰਦੇ ਨੇ ਵਿਗਿਆਨੀ ਦੀਵੀ, ਤੇ ਇਹ ਤਕੜੀਆਂ ਭਾਈ ਤੂੰ ਜਿਹੜੀ, ਮੈਂ ਭਾਈ ਆਪ ਇੱਜ਼ਤ ਵਾਲੀ ਹਾਂ, ਬਹੁਤ ਤਕੜੀਆਂ, ਮੈਨੂੰ ਪਤਾ ਇੱਜ਼ਤਦਾਰ ਹੈ,
44 ਕਰਕੇ ਕੱਟੀ ਜਾਂਦੀ ਇਹ ਮੈਨੂੰ ਸਮਝ ਨਹੀਂ ਆਈ ਤੁਸੀਂ ਮਿਸਤਰੀ ਕਦੋਂ ਲਾਤੇ ਇਹ ਹੋ ਗਏ ਜੀ 10 ਕੁ ਦਿਨ ਗੱਲ ਨਹੀਂ ਹੋਈ ਜੀ ਆਪਣੀ ਫਿਰ 10 ਕੁ ਦਿਨ ਹੋ ਗਏ ਅੱਛਾ ਤਾਂ ਹਾਂਜੀ ਪੈਸੇ ਟੱਕਰ ਦੀ ਲੋੜ ਫਿਰ ਕੋਈ ਨਹੀਂ ਜੀ ਬਥੇਰਾ ਮਾਲ ਕਰ ਗੇਟ ਨਹੀਂ ਕੋਈ ਨਹੀਂ ਜੀ ਤਖਤ ਦੇ ਪੈਸੇ ਮੈਂ ਦੇ ਕੋਈ ਨਹੀਂ ਕਿਰਪਾ ਜੀ ਮੇਰਾ ਬੰਦਾ ਤਖਤਾ ਮੈਂ ਭੇਜੂ ਲੋਹੇ ਦਾ ਬਣਾ ਕੇ ਵਧੀਆ ਤਸੱਲੀ ਬਖਸ਼ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਜੀ ਮੈਂ ਆਪੇ ਤਖਤਾ ਭੇਜੂਗਾ ਸਾਰਾ ਕੁਝ ਹੈ ਠੀਕ ਹੈ ਜੀ ਉਹਦੀ ਕਿਤਾਬੀ ਫਿਰ ਮੇਰੇ ਕੋਲ ਰਹਿ ਜੂਗੀ ਕਦੇ ਆਉਣਾ ਕਰਨਾ ਮਾਪੀ ਕਰ ਲੈਗਾ ਅੱਛਾ ਜੀ ਲੜਕੀ ਉਹ ਗਈ ਹੋਈ ਹੈ ਜੀ ਕਾਲਜ ਚਾਹ ਬਣਾ ਕੇ ਲਿਆਵਾਂ ਥੋੜ੍ਹੀ ਚਾਹ ਪੀ ਕੇ ਜਾਓਗੇ ਮੈਂ ਟੈਲੀਫੋਨ ਤੇ ਸੰਪਰਕ ਕਰਦਾ ਸਾਰੀ ਗੱਲ ਆਪਾਂ ਉੱਥੇ ਕਰਾਂਗੇ ਕੋਈ ਨੀ ਜੀ ਠੀਕ ਹੈ ਹੁਣ ਸੀਆਂ ਹੋ ਗਿਆ ਮੂੰਹ 'ਤੇ ਹੈਂ ਹੁਣ ਸੀਆਂ ਕੰਮ ਗਰਮੈਸ਼ ਤਾਂ ਫੜੋਗੇ ਉਵੇਂ ਹੋ ਗਿਆ ਜੀ ਮੌਸਮ ਜਿਹਾ ਬਦਲਣ ਨਾਲ ਖੁਸ਼ਕ ਹੋਇਆ ਪਿਆ ਮੱਥਾ ਦੁੱਧ ਦੀ ਕਰੀਮ ਲੈ ਲਿਆ ਕਰ ਵਧੀਆ ਹੁੰਦੀ ਚੱਲ ਟੈਲੀਫੋਨ 'ਤੇ ਕਰ ਠੀਕ ਹੈ ਜੀ ਕੁੜੀ ਨੂੰ ਫੋਨ ਕਰ ਲਿਓ ਜੀ ਅੱਛਾ ਚੰਗਾ ਮੈਂ ਟੈਲੀਫੋਨ 'ਤੇ ਕਰੂੰ ਗੱਲ ਕੁੜੀ ਨਾਲ ਠੀਕ ਹੈ ਲੋੜ ਹੋਈ ਤਾਂ ਦੱਸ ਦੇ ਪੈਸੇ ਡੁੱਕਰ ਦੀ ਕੋਈ ਨਾ ਮੁੜ ਵੀ ਚੱਲਿਆ ਮਟਰ ਪਨੀਰ ਖਾ ਜਾਂਦਾ ਉਹ ਤੂੰ ਰਹਿਣ ਦੇ ਓਏ ਰਹਿਣ ਦੇ ਤੂੰ ਰਹਿਣ ਦੇ ਮੈਨੂੰ ਵੀ ਖਵਾ ਦਿਓ ਲੱਡੂ ਲੱਡੂ ਕੁੜੀ ਤਾਂ ਨੌਕਰੀ ਲਵਾ ਹੀ ਦਿੱਤੀ ਹੋਣੀ ਆ ਆਹ ਭਗਵੰਤ ਮਾਨ ਨਾਲ ਸਿੱਧੀ ਆ ਤੇਰੀ ਹੈਨਾ ਹਾਏ ਓਏ ਓ ਮਲੰਗਾ ਟੋਕੜ ਚੋਦ ਓ ਮਲੰਗਾ ਟੋਕੜ ਚੋਦ ਓਏ ਖੱਚੇ ਓ ਟੋਕੜ ਚੋਦ ਓਏ ਜਾਣਦੀ ਏ ਇਕਦਮ ਮੇਰੇ ਸਲ ਦੀ ਲੱਤ ਤੋੜ ਦੂੰ ਉਹ ਜਾਣਦੀ ਏ ਖੱਚੇ ਮਿਲਣੀ ਓਏ ਆ ਜੀ ਸ਼ਾਹ ਜਿਹੜੇ ਪੁਲ ਤੇ ਆ ਜੀ ਚੰਗਾ ਖੱਟਾ ਹੋ ਜਾਣਦਾ ਮੈਂ ਤੈਨੂੰ ਟੋਕੜ ਚੋਦਾ ਤੂੰ ਰੋਟੀਆਂ ਦਾ ਪਲਦਾ ਕਿਸੇ ਨੇ ਤੇ ਚੰਗਾ ਖੱਚੇ ਦਿਹਾੜੀ ਆ ਓਏ ਚੰਗਾ ਫਿਰ ਖੱਚੇ ਗੱਲ ਸੁਣ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਲੋਕਾਂ ਨੂੰ ਜਲੂਸ ਦਿਖਾਉਂਦਾ ਹੁੰਦਾ ਤੈਨੂੰ ਪਤਾ ਨਹੀਂ ਲੱਗਦਾ ਘਰੇ ਮਿਸਤਰੀ ਲੱਗੇ ਤੂੰ ਉੱਥੇ ਪਾੜ ਪਾੜ ਬੋਲਦਾ ਸੀ ਚਵੜ ਚਵੜ ਬੋਲਦਾ ਸੀਗਾ ਇੱਥੇ ਤੈਨੂੰ ਮੇਰੀ ਇੱਜ਼ਤ ਦਾ ਖਿਆਲ ਨਹੀਂ ਹੈਗਾ ਮੈਨੂੰ ਤਾਂ ਤੂੰ ਕਦੇ ਦਿਲ ਵੀ ਟੁੱਪਣ ਦਿੱਤੀ ਤੇ ਉਹਨੂੰ ਅੰਦਰ ਵੜ ਵੜ ਕੇ ਚਾਵਾਂ ਪਿਉਣੀਆਂ ਅਗਲਾ ਸੌ ਸੌ ਕੰਮ ਕਰਦਾ ਫਿਰਦਾ ਸਾਡੀ ਕਬੀਲਦਾਰੀ ਦੇ ਤੈਨੂੰ ਕੀ ਪਤਾ ਹੈਗਾ ਮੈਂ ਤੜਕੇ ਦਾ ਖਪੀ ਜਾਂਦਾ ਮੈਨੂੰ ਤੂੰ ਪਾਣੀ ਦੀ ਘੁੱਟ ਨਹੀਂ ਪਈ ਪਾਣੀ ਦੀ ਘੁੱਟ ਵਾਜਾ ਮਾਰ ਮਾਰੇ ਮੇਰਾ ਸੰਘ ਬਹਿ ਗਿਆ ਇੱਥੇ ਤੇਰੇ ਲੱਛਣ ਹੀ ਨਹੀਂ ਹੈਗੇ ਪਾਣੀ ਪੀਣ ਵਾਲੇ ਮੇਰੀ ਗੱਲ ਸੁਣ ਲਾ ਭਾਈ ਤੂੰ ਨਹੀਂ ਹਟਦੀ ਆਪਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਜਾਂ ਮੈਂ ਨਹੀਂ ਹਟਦੀ ਕਰ ਲੈ ਕੀ ਕਰ ਦਾਂਗਾ ਹੁਣ ਮੈਂ ਸਾਰੇ ਰਿਸ਼ਤੇਦਾਰ ਇਕੱਠੇ ਕਰੂੰਗਾ ਸਾਰੀ ਪੰਚਾਇਤ ਆਊਗੀ ਉਹਨਾਂ ਦੇ ਸਾਹਮਣੇ ਬੋਲੀ ਜਿਹੜਾ ਕੁਛ ਬੋਲਦੀ ਆ ਸਾਰੀ ਪੰਚਾਇਤ ਨੂੰ ਮੈਂ ਦੱਸੂਗਾ ਦਿਨੇ ਬੰਦੇ ਬੁਲਾਉਂਦੀ ਮੇਰੇ ਸਾਹਮਣੇ ਪਾਉਂਦੀ ਆ ਜਿਹਨੂੰ ਮੁਰਜੀ ਦੱਸਦੇ ਮੈਂ ਨਹੀਂ ਡਰਦੀ ਕਿਸੇ ਤੋਂ ਮੈਂ ਤਾਂ ਆਪਦੀ ਧੀ ਮਾਰੀ ਏਡਾ ਟੋਆ ਪੱਟੀ ਬੈਠੀ ਹੈਗੀ ਇਹ ਤਾਂ ਮੈਨੂੰ ਪਤਾ ਹੀ ਆ ਡਰਦੀ ਤਾਂ ਤੂੰ ਕਿਸੇ ਤੋਂ ਨਹੀਂ ਕਿਸੇ ਤੋਂ ਨਹੀਂ ਡਰਦੀ ਮੈਂ ਕੁਛ ਹੋਰ ਜੇ ਚੱਲ ਜਿਹੋ ਜਿਹਾ ਤੇਰਾ ਮੇਰੇ ਨਾਲ ਹੈਗਾ ਤੂੰ ਰੱਖ ਸਹਿਚਾਰ ਉਹਦੇ ਨਾਲ ਕਿਉਂ ਗਾਂ ਸਿੰਘ ਫਸਾਉਣਾ ਹੈਗਾ ਕੋਈ ਬਣਦਾ ਸਾਡਾ ਕੰਮ ਬਣ ਲੈਣ ਦੇ ਵਿੱਚ ਰੋੜਾ ਬਣ ਜਾਂਦਾ ਤੂੰ ਕੰਮ ਦੇ ਉਹਦਾ ਹੱਕ ਬਣਦਾ ਇੱਥੇ ਆਉਣ ਦਾ ਹੱਕ ਬਣਦਾ ਕੀ ਲੈਣਾ ਇੱਥੋਂ ਤੂੰ ਮਾਰਦਾ ਫਿਰਦਾ ਭਕਾਈ
ਰਾਲੇ ਬਾਬੇ, ਤੇਰੀ ਛਤਰ ਛਾਇਆ ਹੋਵੇ ਤਾਂ ਮੈਨੂੰ ਕੋਈ ਹੱਥ ਲਾ ਜਾਵੇ, ਆਹ ਦੇਖ ਲੈ ਚੌਰਾ ਲੰਗੜਾ ਕਿਵੇਂ ਮੇਰੇ ਛਤਰਾੜ ਫੇਰ ਕੇ ਗਿਆ। ਇੱਕ ਮੈਂ ਗੀਜੇ 'ਚੋਂ ਕੁੰਜੀ ਕੱਢ ਲਈ ਸੀ। ਜਪ ਨਾਮ ਚਾਚੀ, ਠੀਕ ਹੈ ਚਾਚੀ? ਜਪ ਨਾਮ ਬਗੜਾ। ਕੀ ਕਰੀ ਜਾਂਦੀ ਹੈ ਚਾਚੀ? ਕੁਛ ਨਹੀਂ, ਮੈਂ ਕਿਹਾ ਚੇਤ ਦਾ ਮਹੀਨਾ ਨਵਾਂ ਸਾਲ ਚੜਿਆ, ਬਾਬਾ ਇਸ਼ਨਾਨ ਕਰਾ ਦਵਾਂ। ਇਸ਼ਨਾਨ ਕਰਾ ਰਹੀ ਹੈ ਬਾਬਾ ਜੀ ਨੇ? ਹਾਂ। ਜਪ ਨਾਮ ਚਾਚੀ, ਲੈ ਚਾਚੀ ਇਸ਼ਨਾਨ ਤਾਂ ਤੈਂ ਕਰਾਤਾ, ਹੁਣ ਐਂ ਕਰ ਲੈ ਮੇਰੀ ਝੋਲੀ 'ਚ ਪਾ ਦੇ, ਹੁਣ ਥੋੜ੍ਹੀ ਸੇਵਾ ਮੈਂ ਵੀ ਲੈ ਲਾਂ ਚਾਚੀ। ਲਿਆ ਮੇਰੀ ਝੋਲੀ 'ਚ ਧਰ ਦੇ, ਹਾਂ ਐਂ ਲੈ ਕੇ ਬਾਬਾ ਜੀ। ਆ ਜਾ ਚਾਚੀ, ਤੂੰ ਵੀ ਨਾਲ ਆ ਜਾ, ਆ ਜਾ ਆਪਣਾ। ਇਹ ਤਾਂ ਵਧੀਆ ਮੈਂ ਮੌਕੇ 'ਤੇ ਆ ਗਿਆ ਚਾਚੀ, ਹੈ ਨਾ ਬਾਈ? ਜੇ ਦੀ ਰਾਲੇ ਬਾਬੇ ਨੇ ਸੇਵਾ ਲੈਣੀ ਆ, ਲੈਣੀ ਲੈਣੀ। ਹੋਰ ਹੁਣ ਆ ਜਾ, ਇੱਕ ਹੋਰ ਖੁਸ਼ਖਬਰੀ ਦਿੰਦਾ ਤੈਨੂੰ, ਖੜ ਜਾ, ਤਰ ਗਈ ਤੂੰ ਵੀ ਚਾਚੀ, ਆ ਜਾ। ਮੈਂ ਤਾਂ ਹਜੇ ਬੱਗੜਾ ਪਤਾ ਨਹੀਂ ਕਦੋਂ ਤਰਨਾ। ਨਾ ਨਾ ਤਰ ਗਈ ਤੂੰ, ਮੈਂ ਦੱਸਦਾ ਤੈਨੂੰ, ਮੇਰੇ ਕਰਮਾਂ 'ਚ ਹਜੇ ਦੁੱਖ ਲਿਖੇ ਹੋਏ ਆ। ਲੈ ਲਾ ਫੋਟੋ ਆਪਣਾ ਚਾਚੀ, ਆ ਲੈ ਖੁਸ਼ਖਬਰੀ ਹੈ, ਮੱਥੇ ਨੂੰ ਲਾ ਲੈ ਚਾਚੀ ਕਾਰਡ ਫੜ ਕੇ। ਕਾਰਡ ਦੱਸਦਾ ਤੈਨੂੰ, ਵਿਆਹ ਕਾਹਨੂੰ ਹੈ ਚਾਚੀ? ਬਾਬਾ ਜੀ ਨੇ ਬੁਲਾਇਆ ਤੈਨੂੰ, ਫੁੱਲਾਂ ਦੇ ਗੁਲਦਸਤੇ 'ਚ ਬੁਲਾਇਆ ਗਾ। ਫੁੱਲਾਂ ਦਾ ਗੁਲਦਸਤਾ ਹੋ ਗਈ? ਆ ਜਾ ਬਹਿ ਜਾ ਚਾਚੀ, ਦੱਸਦਾ ਪ੍ਰੋਗਰਾਮ ਹੈ ਚਾਚੀ, ਫੁੱਲਾਂ ਦਾ ਗੁਲਦਸਤਾ, ਬਾਬਾ ਜੀ ਨੇ ਉੱਥੇ ਪ੍ਰੋਗਰਾਮ ਰੱਖਿਆ ਗਾ ਡੇਰੇ 'ਚ। ਹਾਂ ਮੈਨੂੰ ਬੁਲਾਇਆ ਹੋਲਾ ਨਾ ਕਰ, ਇਹ ਪਤਾ ਕੀ ਹੈ ਜਿਹੜੇ ਪ੍ਰੋਗਰਾਮ 'ਚ ਬਾਰੀ ਆ ਗਈ, ਹੈਂ ਤੂੰ ਉਹ 'ਚ ਵਗ ਜਾ, ਇਹਦਾ ਮਸਾਂ ਦੋ ਲੱਗਿਆ ਚਾਚੀ ਆਪਣਾ। ਮੈਂ ਤਾਂ ਕੁਦਰਤੀ ਡੇਰੇ ਗਿਆ ਹੋਇਆ ਸੀ ਚਾਚੀ, ਸੁਣ ਲੈ ਮੇਰੀ ਗੱਲ, ਕੋਈ ਖਬਰ ਬਾਬਾ, ਮੈਂ ਦੱਸਦਾ ਤੈਨੂੰ, ਉਹ ਤਾਂ ਇੱਕੋ ਲੱਗ ਕੇ ਉੱਥੇ ਅਨਾਉਂਸਮੈਂਟ ਹੋ ਗਈ, ਮੈਂ ਡੇਰੇ ਗਿਆ ਹੋਇਆ ਦੀ, ਮੈਂ ਲੰਗਰ 'ਚ ਲੰਗਰ ਛਕੀ ਜਾਵਾਂ, ਹੈਂ ਆਲੂਆਂ ਦੀ ਦਾਲ ਤਾਂ ਰੱਖੀ ਮੈਂ ਪ੍ਰਸ਼ਾਦੇ 'ਤੇ। ਮਹਾਰਾਜ ਉਦੋਂ ਸੁਣਿਆ ਕਹਿੰਦੇ ਭਾਈ ਜਿਹੜੇ ਪੁਰਾਣੇ ਜੀਵ ਨੇ, ਮਤਲਬ ਪੁਰਾਣੀਆਂ ਬੀਬੀਆਂ ਵੱਡੀ ਉਮਰ ਦੀਆਂ, ਵੀ ਉਹਨਾਂ ਵਾਸਤੇ ਕਰਿਆ ਪ੍ਰੋਗਰਾਮ ਫੁੱਲਾਂ ਦਾ ਗੁਲਦਸਤਾ। ਕਹਿੰਦੇ ਬਾਬਾ ਜੀ ਪੀਂਘ ਝੂਟਣਗੇ, ਫੁੱਲਾਂ ਵਾਲੀ ਪੀਂਘ ਝੂਟਣਗੇ ਸੋਨੇ ਦੀ ਫੱਟੀ 'ਤੇ। ਬਾਬਾ ਜੀ ਨੇ ਪੀਂਘ ਝੂਟਣੀ? ਬਾਬਾ ਜੀ ਪੀਂਘ ਝੂਟਣਗੇ, ਹੋਰ ਜਿਹੜੀ ਦਾ ਕਹਿੰਦੇ ਨੰਬਰ ਪੈ ਗਿਆ ਭੈਣ ਦਾ ਪੈ ਗਿਆ, ਮੈਂ ਤਾਂ ਬਈ ਭੱਜਿਆ ਗਿਆ ਗੁਫਾਗਨੀ ਨੂੰ ਭੱਜਿਆ ਗਿਆ ਉੱਥੇ, ਮੈਂ ਤਾਂ ਪਹਿਲੀ ਜਾ ਕੇ ਕਹਿੰਦਾ ਮੈਂ ਸੁਰਜੀਤ ਕੌਰ, ਸੁਰਜੀਤ ਕੌਰ, ਮੈਂ ਬਾਈਫਾ ਪੂਰਾ ਸਿੰਘ, ਬਾਈਫਾ ਪੂਰਾ ਸਿੰਘ, ਉਹ ਤਾਂ ਮੈਨੂੰ ਦੇਖ ਲਿਆ ਉਹਨਾਂ ਨੇ ਇਹਦੇ ਕਰਕੇ ਵੀ ਬਲਾਕ ਪ੍ਰਧਾਨ ਹੈ, ਮੈਨੂੰ ਕਹਿੰਦੇ ਵੀ ਬੱਗੜ ਦਾ ਲਿਖੋ, ਕਿਹਦਾ ਲਿਖਿਆ ਉਹਨਾਂ ਨੂੰ, ਉਹਦਾ ਕਾਰਡ ਤੇ ਉਹਦੀ ਨਾਂ ਲਿਖ ਕੇ ਉਹਨਾਂ ਨੇ ਉਹਦੀ ਫੜਾਤਾ। ਹੁਣ ਮੈਂ ਇਹ ਦੱਸ ਦੇ ਵੀ ਨਰਾਲੇ ਬਾਬੇ ਨੂੰ ਹਲਾਰਾ ਦੇਣਾ ਕਿ ਮੈਂ ਪੀਂਘ, ਹਲਾਰਾ ਤਾਂ ਚਾਚੀ ਹਲਾਰੇ ਤਾਂ ਆਪ ਹੀ ਦੇਊਗਾ ਨਰਾਲਾ ਬਾਬਾ, ਤੈ ਤਾਂ ਪੀਂਘ ਤੇ ਬੈਠਣਾ ਬਸ ਫੁੱਲਾਂ ਵਾਲੀ ਤੇ, ਪੀਂਘ ਤੇ, ਹਾਂ ਉਹ ਤਾਂ ਹੀਂਗ ਝੂਟੂਗਾ, ਤਾਂ ਇਧਰੋਂ ਲੈ ਜਾ ਕਰੂ, ਤਾਂ ਚਾੜ ਦਿਆ ਕਰੂਗਾ, ਉਧਰੋਂ ਆ ਕਰੂ, ਇਧਰ ਨੂੰ ਚਾੜ ਦਿਆ ਕਰੂਗਾ, ਇੰਨੇ ਕਰਮ ਮੇਰੇ ਤੇ, ਹੋਰ ਹੁਣ ਮੇਰੀ ਤਾਂ ਕਿਸਮਤ ਹੀ ਖੁੱਲ ਗਈ, ਬਗੜਾ ਕਿਸਮਤ ਆਪ ਹੀ ਖੁੱਲ ਗਈ ਚਾਚੀ। ਇੱਕ ਗੱਲ ਹੋਰ ਆ ਚਾਚੀ, ਹੀਂਗ ਬਹੁਤ ਉੱਚੀ ਚੜਾਉਂਦਾ ਉਹ, ਹਾਂ ਕਿਤੇ ਉੱਥੇ ਉਲਟੀਆਂ ਕਰੀ ਜਾਵੇ, ਪਹਿਲਾਂ ਦੋ ਭੈਣਾਂ ਨੂੰ ਤੇਲ ਚੜ ਗਿਆ ਦੀ ਉੱਥੇ, ਚਾਚੀ ਮਾੜੀ ਮੋਟੀ ਖਾ ਕੇ ਬੈਠੀ, ਫੀਮ ਫੂਮ ਖਾ ਲਈ, ਮਨ ਕਰਦਾ ਰਹੂ ਤੇਰਾ, ਹਾਂ ਉਹ ਤਾਂ ਉੱਤੇ ਬੱਦਲਾਂ ਚ ਲੈ ਜਾਂਦਾ ਪੀਂਘ, ਉਹ ਤਾਂ ਪਰੀਆਂ ਦੀਨ ਲਾ ਆਉਂਦਾ ਚਾਚੀ, ਹਾਂ ਤਰ ਜਾਏਗੀ ਤੂੰ ਤਾਂ ਬਸ, ਮੈਂ ਦੇਖ ਲਿਆ ਬਸ, ਤੂੰ ਤਾਂ ਤਰ ਗਈ।
ਬੱਗੜਾ ਰਾਜੀ ਰਹਿ ਚਾਚੀ। ਉਹ ਜਿਹੜਾ ਗਾਣਾ ਜਾਂ ਨਹੀਂ ਆਪਾਂ ਸੁਣਦੇ ਹੁੰਦੇ, ਤੇ ਪਹਿਲਾਂ ਭਾਜੀ ਨਹੀਂ ਆਇਆ ਸੀ, ਗਾਣੇ ਤਾਂ ਮਗਰੂ ਬਣਾ ਲੈਂਦੇ ਨੇ ਡੇਰੇ 'ਚੋਂ, ਅਤੇ ਭਾਜੀ ਨੂੰ ਆਇਆ ਸੀ ਕਹਿੰਦਾ ਜਦੋਂ ਪੀਂਘਦੇ ਹਲਾਰੇ ਨਾਲ ਸੱਜਣਾ ਸੋਹਣਿਆ ਬਿਹਾਨੀਆਂ ਵੇ ਪੱਤਿਆਂ ਨਾਲ ਇੱਕ ਭਿੜ ਗਈ। ਉਹ ਪੀਂਘਦਾ ਹਲਾਰਾ ਉਹ ਬਾਬਾ ਜੀ ਜਿਹੜੇ ਤੁਹਾਨੂੰ ਛੱਤਰ ਛੱਤੇ ਦਾ ਗੀਤ ਸੀ ਚਾਚੀ, ਬੋਪਾ ਸਵਾਮੀ ਨੇ ਚਾੜੀ ਤੀ ਉਹ ਪੀਂਘ, ਉਦੋਂ ਪੀਂਘ ਝੁੱਟੀ ਤੀ ਬੋਪਾ ਸਵਾਮੀ ਨੇ, ਉਦੋਂ ਪੱਤਿਆਂ ਨਾਲ ਹਿੱਕਾਂ ਭਿੜਦੀਆਂ ਤੀ। ਹਾਂ ਤੇਰੀ ਵਾਰੀ ਆ ਹੀ ਗਈ ਚਾਚੀ, ਦੇਖ ਲੈ ਹਨਾ। ਜੈ ਹੋ ਨਿਰਾਲੇ ਬਾਬੇ ਦੀ, ਸਭ ਨੂੰ ਤਾਰੀ ਬਾਬਾ, ਦੇਖ ਲੈ ਸਾਡੀ ਤਾਂ ਚਾਚੀ ਵਾਰੀ ਵੀ ਨਹੀਂ ਆਈ। ਮੈਂ ਤਾਂ ਦੇਖ ਲੈ ਚਾਚੀ, ਦੋ ਪ੍ਰੋਗਰਾਮ ਹੋਵੇ ਮੈਂ ਐਂ ਹੈਰਾਨ ਹਾਂ ਵੀ ਭਾਈਆਂ ਦੀ ਵਾਰੀ ਕੱਟਤੀ ਬਾਬਾ ਜੀ ਨੇ। ਪਹਿਲਾਂ ਪ੍ਰੋਗਰਾਮ ਲੁਕਣ ਮਿੱਚੀ ਵਾਲਾ ਵੀ ਭੈਣਾਂ ਨਾਲ ਖੇਡਿਆ ਉਹਨੇ, ਉਹ ਤਾਂ ਜਿਹੜੀਆਂ ਬਾਹਰਲੀਆਂ ਭੈਣਾਂ ਆਈਆਂ ਸੀ ਗੋਰੀਆਂ ਉਹਨਾਂ ਨਾਲ ਖੇਡਿਆ। ਹਾਂ ਤੇ ਹੁਣ ਵੀ ਭੈਣਾਂ ਨਾਲ ਹੀ ਰੱਖ ਲਿਆ ਪ੍ਰੋਗਰਾਮ ਚਾਚੀ, ਮੈਨੂੰ ਡਰ ਲੱਗੀ ਜਾਂਦਾ ਕਿਤੇ ਭਾਈਆਂ ਦਾ ਉਹਨਾਂ ਬਾਈ ਘਾਟ ਕਰਦੇ ਨੇ ਡੇਰੇ ਚੋਂ, ਅਸੀਂ ਤਾਂ ਕਿਸੇ ਪਾਸੇ ਦੇ ਨਹੀਂ ਰਹਿਣੇ ਹੁਣ। ਬਗੜਾ ਨਹੀਂ ਐ ਨਹੀਂ ਕਰਦੇ ਬਾਬਾ ਜੀ, ਮੈਨੂੰ ਐ ਆ ਬਗੜਾ ਵੀ ਨਿਰਾਲਾ ਬਾਬਾ ਮਹੀਨੇ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਨਾਟਕਾਟ ਵਾਲਾ ਚਾਚੀ, ਉਹਦੀ ਲੀਲਾ ਹਾਪੀ ਲੀਲਾ ਰਚਾ ਦਿੰਦਾ ਉਹ, ਕਿਤੇ ਬਾਬੇ ਨੇ ਸਰੀਰ ਨਾ ਛੱਡਣਾ। ਨਾ ਨਾ ਚਾਚੀ ਇਹ ਕੀ ਗੱਲ ਕਰਦੀ ਤੂੰ, ਓ ਹੋ ਮਾਫ ਕਰਿਓ ਨਿਰਾਲੇ ਬਾਬੇ, ਐਂ ਨਾ ਬੋਲਿਆ ਕਰ ਚਾਚੀ। ਹਾਂ ਸਰੀਰ ਤਾਂ ਐਂ ਹੁਣ ਐਡੇ ਮਹਾਂਪੁਰਸ਼ ਤਾਂ 10 ਸਾਲ ਪਹਿਲਾਂ ਦੱਸਣਗੇ ਜੋ ਸਰੀਰ ਛੱਡਣਾ ਹੋਇਆ, ਪਹਿਲਾਂ ਬੋਪਾ ਸਵਾਮੀ ਨੇ ਨਹੀਂ ਦੱਸਿਆ 10 ਸਾਲ ਪਹਿਲਾਂ। ਉਹੀ ਦੱਸਣ ਲੱਗੀ ਸੀ ਵੀ ਉਹਨੇ ਤਾਂ ਪਹਿਲਾਂ ਹੀ ਭਵਿੱਖਬਾਣੀ ਕਰਤੀ ਸੀ, ਪਹਿਲਾਂ ਦੱਸ ਦੇਣਗੇ ਉਹ ਤਾਂ ਵੀ ਆਹ ਦਿਨ ਆਹ ਤਰੀਕ ਨੂੰ ਇੰਨੇ ਵੱਜ ਕੇ ਇੰਨੇ ਮਿੰਟਾਂ ਦੇ ਮੈਂ ਹਾਂ ਸਵਾਸ ਪੂਰੇ ਕਰੂੰਗਾ ਭਾਈ, ਹੋਈ ਵੀ ਏਦਾਂ ਹੀ। ਹਾਂ ਉਹ ਦੇਖ ਲੈ ਬਈ ਜਦੋਂ ਭੋਪਾ ਸਵਾਮੀ ਸਰੀਰ ਤਿਆਗਣ ਲੱਗੇ। ਨਾ ਮਾੜਾ ਮਾੜਾ ਟਾਈਮ ਨਾ ਹੁਣ ਯਾਦ ਕਰਾ, ਬਸ ਹੁਣ ਤਾਂ ਤੂੰ ਇਹਦੀ ਤਿਆਰੀ ਕਰ ਚਾਚੀ। ਬਗੜਾ ਹੀਂਗ ਝੂਟੇਗੀ ਸਭ ਕੁਛ ਨਾ ਪੀਂਘ, ਚਾਚੀ ਤਾਂ ਛੋਟੀ ਹੁੰਦੀ ਨੇ ਵੀ ਝੂਟੀ ਹੂ ਝੂਟੀਆਂ ਚ, ਪੀਂਘ ਤੂੰ ਹੁਣ ਵੀ ਝੂਟੇਗੀ ਬਾਬਾ ਜੀ ਨਾਲ, ਉਹਦਾ ਫਰਕ ਦੇਖੀ ਤੂੰ, ਜਦੋਂ ਐਂ ਮਾਰਿਆ ਕਰੂ ਬਾਬਾ ਝੂਟਾ ਉਹ ਤੈਨੂੰ ਬੱਦਲਾਂ ਚ ਲਾ ਰਿਹਾ ਕਰੂ। ਬਸ ਬਗੜਾ ਤੂੰ ਇੱਕ ਹਨਾ ਜਿਹੜਾ ਤੇਰੇ ਤੋਂ ਉੱਪਰ ਪ੍ਰਧਾਨ ਪ੍ਰਧੂਨ ਵਾ, ਬਸ ਏਦਾਂ ਕਹਿ ਸੁਣਦੇ ਵੀ ਜਦੋਂ ਸਰਜੀਤ ਕੌਰ ਦੀ ਵਾਰੀ ਆਈ ਝੂਠੇ ਹੌਲੀ ਦੇਣ। ਕੋਈ ਨਾ ਕਹਿ ਦੂੰ ਚਾਚੀ ਮੈਂ, ਕਹਿ ਦੂੰ ਕੋਈ ਨਾਲੇ ਸੱਚ ਟਾਈਮ ਟੂਮ ਤਾਂ ਦੱਸ ਦਿੰਦਾ ਮੈਨੂੰ ਜਦੋਂ ਪੀਂਘ ਤੇ ਝੂਠੇ ਲੈਣੇ ਆ। ਉਹਦਾ ਕੀ ਪਤਾ ਚਾਚੀ, 4 ਵਜੇ ਠਾਲੇ ਤੜਕੇ ਆ ਕੇ, ਸਮਾਂ ਵਧੀਆ ਹੈ, ਜਿਹਦੀ ਪਹਿਲਾਂ ਵਾਰੀ ਆਊ ਸੁਰਗਾਂ ਦੀ ਸੈਰ ਤਾਂ ਉਹੀ ਕਰੂਗੀ। ਹੋਰ ਹੁਣ ਵਧੀਆ ਚਾਚੀ, ਉਦੋਂ ਦੇਖ ਲੈ ਸਮਾਂ ਤਾਂ ਦੇਖ ਲੈ ਕਿੰਨਾ ਵਧੀਆ ਹੁੰਦਾ, ਸਵੇਰੇ ਮੋਰ ਕੂਕਦੇ ਹੁੰਦੇ ਨੇ, ਮੁਰਗੇ ਬਾਂਗਾਂ ਦਿੰਦੇ ਨੇ ਹਨਾ, ਐਂ ਵਧੀਆ ਪੂਰਾ ਵਧੀਆ ਹੁੰਦਾ ਕੰਮ। ਮੇਰੀ ਤਾਂ ਬਗੜਾ ਕਿਸਮਤ ਖਲ ਗਈ, ਇਹਦੇ ਪਿੱਛੇ ਤੇਰਾ ਸਭ ਤੋਂ ਵੱਡਾ ਹੱਥ। ਚਾਚੀ ਮੈਂ ਹੋਰ ਕਿਹਦਾ ਨਾਂ ਲੈਣਾ, ਆਪਾਂ ਤਾਂ 2 ਤਾਂ ਹੈਗੇ ਆ ਚਾਚੀ ਇੰਨੇ ਪੁਰਾਣੇ ਹਨਾ। ਸਹੀ ਗੱਲ, ਜੱਸੀ ਵੀ ਝੂਟੂਗੀ ਪੀਂਘ? ਜੱਸੀ ਚਾਚੀ ਹਲੇ ਨੀ। ਸਲਾਦ ਸਲੂਦ ਖਾਈ ਚੱਲ ਵਧੀਆ, ਚੰਗਾ ਖੁਰਾਕ ਪਾਣੀ ਵਧੀਆ ਖਾ ਚਾਚੀ, ਚੰਗਾ ਤੇਲ ਤੂਲ ਨੀ ਚੜਨਾ ਫਿਰ, ਹਾਂ ਸਲਾਦ ਖਾਈ ਜਾ। ਕੀ ਗੱਲ ਮੈਂ ਸੁਣ ਦੱਸਦਾ, ਇਹ ਮੇਰੇ ਸਹੁਰੇ ਨੇ ਦਿੱਤਾ ਜੀ ਮੈਨੂੰ, 5 ਸਾਲ ਹੋ ਗਏ ਜਿਹੜਾ ਖੜਿਆ ਨੀ ਰਿਹਾ, ਕਿਤੇ ਰਾਤ ਨੀ ਖੜਿਆ, ਇੰਨਾ ਘਰ ਮਾੜਾ ਮੋਟਰ ਨਿਕਲਿਆ। ਅੱਛਾ ਇੱਧਰ ਇੱਧਰ ਕੰਮ ਕੁੰਮ ਕਰਾਉਣਾ ਪਾਉਣਾ ਆ, ਕਿਤੇ ਲੱਤਾਂ ਤਹਾਂ ਕਰ ਦਿੱਤੀ। ਇਹ ਬਹੁਤ ਵਧੀਆ ਮਸ਼ੀਨਰੀ ਆ, ਕਰਮ ਵਾਲੀ ਮਸ਼ੀਨਰੀ ਆ ਇਹ। ਹੋਰ ਰਾਜ ਕਿਵੇਂ? ਵਧੀਆ ਬਾਈ, ਠੀਕ ਠਾਕ। ਉਹ ਹੋਰ ਵੀ ਪ੍ਰਾਹੁਣੇ ਆ? ਸਤਿ ਸ੍ਰੀ ਅਕਾਲ ਜੀ। ਵਧੀਆ ਵਧੀਆ, ਬਹੁਤ ਵਧੀਆ। ਹੋਰ ਠੀਕ ਹੈ? ਹਾਂ ਜੀ। ਤੂੰ ਸਿੱਧੀ ਕਰਨ ਲੱਗੇ ਦੀ? ਹੋਰ ਆ ਮਹਾ ਪੈ ਜਾਂਦੇ ਘਾਟਾ, ਆਰਾਮ ਕਰ ਲਈਏ। ਲੈ ਚਲੋ, ਮੈਂ ਵੀ ਆਲੇ ਹੁਣੀ ਆਇਆ ਸੀ ਰਿਸ਼ਤੇਦਾਰੀ ਤੋਂ। ਅੱਛਾ, ਅੱਡੇ ਦੇ ਉੱਤਰੇ ਨੂੰ ਇੱਥੇ ਉੱਥੇ ਨੇ ਚੱਕ ਲੈਂਦਾ ਮੈਨੂੰ। ਅੱਛਾ, ਕਿਵੇਂ ਨੇ 76 ਸੂਨੇ ਮਾਰਿਆ ਗੇੜਾ? ਬਾਹਣ ਦੇ ਠੇਕੇ ਦੇ ਫਰੇਮਰ ਕੀ? ਅੱਛਾ, ਹੈਂ ਅਰੇ ਪਿੰਡ ਦਾ ਜਮਾਈ ਭਾਈ ਹੈ,
ਠੀਕ ਹੈ ਹਾਂ ਤਾਂ ਬਾਹਨ ਦੇਣੀ ਹੈ ਦੇਣੇ ਹੀ ਆਪਾਂ ਨੇ ਤਾਂ ਜੇ ਦੋ ਪੈਸੇ ਲਾਊ ਇਹਨੂੰ ਦੇ ਦਾਂਗੇ ਫੋਨ ਤਾਂ ਕੋਈ ਗੱਲ ਨਹੀਂ ਦੇਖ ਲੈ ਨਛੱਤਰ ਬਹੁਤ ਅੱਛਾ ਹਾਂ ਇਹ ਖਾਲ ਜਾਂਦਾ ਜਾਂ ਪਾਈਪਲਾਈਨ ਪਈ ਹੋਈ ਹੈ ਭਾਈ ਪਾਈਪਲਾਈਨ ਪਈ ਹੋਈ ਹੈ ਸਾਰੀ ਚਲ ਪਾਈਪਲਾਈਨ ਹੋਇਆ ਖਾਲ ਹੋਇਆ ਕੋਈ ਗੱਲ ਹੈ ਪਾਣੀ ਦਾ ਪਾਣੀ ਵਾ ਲੱਗਦਾ ਉਹ ਗੱਲ ਠੀਕ ਆ ਮੈਂ ਨਾ ਆਪਦੇ ਐਸਟੀਮੇਟ ਦੇ ਹਿਸਾਬ ਨਾਲ ਮੈਂ ਉਹ ਦੇਖੂਗਾ ਨਾ ਫਿਰ ਠੀਕ ਹੈ ਤਿੰਨ ਕਿਲੋ ਦਾ ਆਹ ਪਟਾ ਤਿੰਨ ਦਾ ਉਹ ਵੱਜ ਗਿਆ ਪਿਛਲੀ ਵਾਰ ਦੀ ਆ 68,000 ਨੂੰ ਦੋ ਹਜ਼ਾਰ ਤਾਂ ਵਧੇ ਜਾਂਦਾ ਯਾਰ ਸਾਰੀ ਵਾਹਨ ਦਬੇ ਦਬੇ ਸਾਰੀ ਇਹੀ ਰੇਟ ਨੇ ਮੋਟਰ ਦਾ ਕੰਮ ਕਰਾ ਕੇ ਦੇਵਾਂਗੇ ਦੇਖ ਚੱਲਦੀ ਦੇਵਾਂਗੇ ਚੱਲਦੀ ਦੇਵਾਂਗੇ ਲੈ ਦੇਖ ਲੈ ਦੋ ਅੱਖਾਂ 60 ਤੇ 5 ਕਹਿ ਦੇ 60 ਤੇ 5 ਚੱਲ ਜਾਈਆਂ ਜੀ ਲਿਹਾਜ ਆਈਆਂ ਤੁਹਾਨੂੰ 500-400 ਰਿਸ਼ਤੇਦਾਰੀ ਕਰਕੇ ਪਿੰਡ ਦੀ ਕਰਕੇ 500-400 ਰੁਪਇਆ ਘੱਟ ਦੇ ਆਪਾਂ ਤੇ ਜਿਹਨੂੰ ਕਹਿਤਾ ਵੀ 68 ਨੂੰ ਭਾਵੇਂ ਪੁੱਛ ਲੈ ਰੱਖ ਦੀਏ ਨਾ ਬਾਈ ਪਿਛਲੀ ਉਹ ਨੀ ਗੱਲ ਬਣਦੀ ਮੈਂ ਵੀ ਗਰੀਬ ਬੰਦਾ ਚੱਕੀ ਵਾਲਾ ਗਰੀਬ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਬੈਠੇ ਆ ਅਸੀਂ ਤੇਰੀ ਉਹਨਾਂ ਦੀ ਕਰਦੇ ਆ ਲਿਹਾਜ਼ ਮੈਂ ਤਾਂ ਆਪ ਸਮਾਂ ਚਾਹ ਪਾਣੀ ਪੀਵਾਂ ਜਾ ਕਹਿੰਦਾ ਪਤੰਦਰ ਅੱਡੇ ਦੇਖ ਲੈਦੇ ਬਹੁਤ ਟਾਈਮ ਦਾ ਚੱਲ ਦੇਖ ਕੇ ਕਰਾ ਦੇ ਫਿਰ ਤੂੰ ਜਿਵੇਂ ਕਰਾ ਦੇ ਨਾ ਇਹਦਾ ਕਰਨਾ ਮੇਰਾ ਕਰ ਇਹ ਹੁਣ ਕਿਤੇ ਨਿਬੜਦੀ ਦੇਖ 20 ਰੁਪਏ ਦਾ ਕੋਈ ਇਹਦੀ ਕੀ ਸਾਈ ਯਾਰ ਸਾਈ ਦਾ ਦੇਖੋ ਨਾ ਇਹ ਇਹ ਤੁਸੀਂ ਕਹਿ ਨਹੀਂ ਸਕਦੇ ਗਲਤ ਹੈ ਛੋਟਾ ਕਹਿਣਾ ਹਾਂ ਦੇਖੋ ਸਾਈ ਦਾ 10 ਰੁਪਏ ਦੇ ਸਾਈ ਹੈ ਬਾਕੀ ਜਵਾਨ ਹੁੰਦੇ ਨੇ ਰੇ ਹੁਣ ਸਾਈ ਦਾ 5-4 ਹਜ਼ਾਰ ਦੀ ਜਿਹੜਾ ਟੁਕੜਾ ਓਏ ਬਾਹਣ ਕਾਠ ਮਰ ਜੂ ਯਾਰ ਜਾਂ 5-7 ਹਜ਼ਾਰ ਰੁਪਏ ਸਾਈ ਦਾ ਕਰੋ ਜੇ ਕਰਨਾ ਚੱਲ ਤੂੰ ਸਾਈ ਤਾਂ ਫੜੋ ਸਾਈ ਤਾਂ ਫੜ ਲੈਂਦੇ ਆ ਫਿਰ ਦੱਸੋ ਕੀ ਰੇਟ ਕਹਿਣਾ ਸਟਾਰਟ ਹੋ ਗਿਆ ਸਟਾਰਟ ਨੂੰ ਮੇਰੇ ਤੋਂ 68 ਯਾਰ 68 ਤੂੰ ਦੇਖ ਕੇ ਕਰ ਲੈ ਯਾਰ ਫਿਰ ਆਪ ਨੂੰ ਤੂੰ ਤਾਂ ਨਹੀਂ ਦੀ ਕਰਨਾ ਮੇਰੀ ਕਰ 1-70 ਠੀਕ ਹੈ ਠੀਕ ਹੈ ਮੈਂ ਤੇਰੀ ਨਹੀਂ ਬਾਲ ਲਾ ਦੇ ਤਾਂ ਬਾਲੇ ਲਾ ਦੇ ਮੈਂ ਤੈਨੂੰ ਉਹ ਕੁਛ ਨਹੀਂ ਜਿਆਦਾ ਨਹੀਂ ਬਾਲੇ ਲਾ ਤੇ ਨਹੀਂ ਮੇਰਾ ਦਿਲ ਘਟੀ ਜਾਂਦਾ ਬਾਲ ਲਾ ਬਾਹਨ ਦਿਖਾਉਣਾ ਜਾ ਬਾਹਨ ਦੇਖ ਲੈ ਠੀਕ ਹੈ ਬਾਕੀ ਪੈਸੇ ਫਿਰ ਕਦੋਂ ਕਰੇਗਾ ਹੈ ਬਾਕੀ ਪੈਸੇ ਹਾਂ ਬਾਕੀ ਪੈਸੇ ਕੋਈ ਗੱਲ ਨਹੀਂ ਕਦੋਂ ਨਾ ਜਾ ਪਤਾ ਮੇਰੀ ਗੱਲ ਤਾਂ ਸੁਣ ਭੱਜਿਆ ਕੋ ਜਾਣਾ ਮਤਲਬ ਮੈਂ ਕਹਿਣਾ ਇਹ 20 ਰੁਪਏ ਬਿਨਾਂ ਲਿਖਤ ਪੜ੍ਹ ਤੋਂ ਮੈਂ ਦੇ ਤਾ ਦਿੱਤੇ ਪਰ ਇਹ ਮੈਨੂੰ ਆਉਂਦੇ ਦਿੰਦੇ ਨੂੰ ਕੋਈ ਆਪਾਂ 20 ਰੁਪਈਏ ਨੇ 20 ਲੱਖ ਥੋੜੂ ਹੈ ਉਹ ਉਤਲੇ 20 ਰੁਪਏ ਮਰਦੇ ਹੁੰਦੇ ਨੇ ਮੈਂ ਅੱਖ ਪੜ੍ਹ ਲਈ ਬੰਦੇ ਦੀ 20 ਰੁਪਏ ਆਉਂਦੇ ਨਹੀਂ ਇਹ ਨਹੀਂ ਆਉਂਦੇ ਮੈਂ ਦੇਖ ਲਿਆ ਮੈਨੂੰ ਪਤਾ ਨਾ ਤੈਨੂੰ ਵਾਹਣ ਦੀ ਫਿਕਰ ਨਹੀਂ ਵਾਹਣ ਤਾਂ ਕੋਈ ਨਹੀਂ ਹੁਣ ਜਦੋਂ ਆਪਣੀ ਜਮਾਨ ਹੋ ਗਈ ਵਾਹਣ ਤਾਂ ਮਿਲ ਹੀ ਜਾਊ ਗੱਲ ਤਾਂ 20 ਰੁਪਈਆਂ ਦੀ ਆ ਨਾ ਉਹਨਾਂ ਦਾ ਔਖਾ ਹੋ ਗਿਆ
ਆਉਂਦਾ ਨਹੀਂ ਉਹ, ਮੈਂ ਜੇ ਅੱਖ ਪੜ੍ਹ ਲਈ ਮੈਂ ਬੰਦੇ ਦੀ ਦੇਖ ਲਿਆ।